देश दुनिया की हर वड्डी खबर दे हुणे डाउनलोड करो नंबर 1 न्यूज़ ऐप दैनिक सवेरा टाइम्स। भूल चुका भूल गया क्या किया यार मैं मन बड़ा बड़ा पुसो मन मन पता पता लगदा ना 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 जो बड़ा तुम कुछ ही चला दे मन नहीं पड़ा फिर मन नहीं पड़ा फिर जब तुम सिद्धू ना गल करते हो उदो करन दी गल हुंदी आ ਉਹਨਾਂ ਦੋਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਦੋਨੋਂ ਤੇ ਆਪਸ ਚ ਬੁਲਾਉਂਦੇ ਨਹੀਂ ਉਹਨਾਂ ਨੇ ਬਹੁਤ ਵਧੀਆ ਸੁਭਾਅ ਵਾ ਸਿੱਧੂ ਭਾਜੀ ਉਹਨਾਂ ਦਾ ਮੇਰੀ ਗੱਲ ਵੀ ਹੋਈ ਕਰਨ ਔਜਲੇ ਹੁਣੇ ਭਾਜੀ ਨਾਲ ਵੀ ਸਿੱਧੂ ਭਾਜੀ ਨਾਲ ਵੀ ਬਹੁਤ ਵਧੀਆ ਸੁਭਾਅ ਵਾ ਭਾਜੀ ਉਹਨਾਂ ਦਾ ਕਿ ਤੁਸੀਂ ਇਹ ਲਾਈਨ ਕਿਉਂ ਪਾਈ ਕਿ ਮੇਰਾ ਫੇਸ ਕਰਨ ਔਜਲੇ ਨਾਲ ਮਿਲਦਾ ਮੈਨੂੰ ਮਤਲਬ ਵਧੀਆ ਲੱਗਦੇ ਆ ਅਸੀਂ ਇਹ ਵੀ ਦੇਖਿਆ ਕਿ ਨਿਰਵੈਰ ਪੰਨੂ ਦੇ ਗਾਣੇ 'ਚ ਵੀ ਤੁਹਾਡੀ ਆਵਾਜ਼ ਹੈ ਬੰਦਾ ਡਾ ਉਹ ਹੈਗਾ ਉਹ ਉਹਨੇ ਨਾ ਹੀ ਕੰਟੈਕਟ ਕੀਤਾ ਨਾ ਹੀ ਮੈਸੇਜ ਕੀਤਾ ਜੇ ਦੱਸਦਾ ਫਿਰ ਕੰਮ ਖਰਾਬ ਹੋ ਜਾਣਾ ਮਤੇ ਐਵੇਂ ਹੋ ਜਾਣਾ ਹੁਣ ਤਾਂ ਸ਼ੂਟ ਹੋ ਗਿਆ ਖਤਮ ਹੋ ਗਿਆ ਉਹ ਤਾਂ ਪਰ ਉਹਨਾਂ ਵਿਚਾਰਿਆਂ ਨੇ ਪੈਸੇ ਲਾਏ ਅਗਲਿਆਂ ਕਹਣਾ ਲੀਕ ਕਰਕੇ ਉਹ ਮਾਰੀ ਫਿਲਮ ਮੈਂ ਸੋਚ ਨਹੀਂ ਸਕਦਾ ਵੀ ਵੱਡੇ ਵੱਡੇ ਆਰਟਿਸਟ ਵੀ ਮਤਲਬ ਜਿਹੜੇ ਹਨ ਗਿੱਪੀ ਭਾਜੀ ਜਿਵੇਂ ਸਿੱਧੂ ਭਾਜੀ ਇੱਦਾਂ ਮੈਨੂੰ ਭਾਜੀ ਕਹਿਣਗੇ ਮੈਨੂੰ ਸਗੋਂ ਬੜੀ ਸ਼ਰਮ ਜਿਹੀ ਆਈ ਵੀ ਵੱਡੇ ਆਰਟਿਸਟ ਕਿੱਡੇ ਵੱਡੇ ਸਟਾਰ ਭਾਜੀ ਨਹੀਂ ਤੇ ਮੈਨੂੰ ਭਾਜੀ ਕਹਿਣ ਡੇ ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ ਕੱਲ ਦੱਸੀ ਕੀ ਦੇਣਾ ਬੇਤਾਈ ਰਾਤ ਹੈ ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ ਕੱਲ ਦੱਸੀ ਕੀ ਦੇਣਾ ਬੇਤਾਈ ਰਾਤ ਹੈ ਤੁਹਾਡਾ ਵੰਗਾਰ ਗਾਣਾ ਆਉਣ ਵਾਲਾ ਹੈ ਤੁਸੀਂ ਦੱਸਿਆ ਤੁਸੀਂ ਕਦੀ ਕਿਸੇ ਨੂੰ ਵੰਗਾਰ ਪਾਈ ਆ ਮੈਂ ਤਾਂ ਬੜੇ ਜਾਣਿਆਂ ਨੂੰ ਪਾਈ ਹੁਣ ਇੰਨਾ ਨਹੀਂ ਪਤਾ ਕਿੰਨੇ ਪਾਈ ਤੁਹਾਨੂੰ ਲੱਗਦਾ ਕਿ ਜੋ ਚੀਜ਼ਾਂ ਅੱਜ ਕੱਲ੍ਹ ਗਾਣਿਆਂ 'ਚ ਦਿਖਾ ਰਹੇ ਆ ਜਿਹੜਾ ਗਨ ਕਲਚਰ ਦਿਖਾ ਰਹੇ ਜਿਹੜਾ ਤੁਸੀਂ ਕਿਹਾ ਨਿਸ਼ਾਨਾ ਲਾਣਾ ਇਹ ਸਭ ਚੀਜ਼ਾਂ ਗਲਤ ਨੇ ਸ਼ਿਕਾਰੀ ਨੇ ਕੋਈ ਜਾਨਵਰ ਮਾਰਨਾ ਹੋਵੇ ਉਹ ਖੱਪ ਥੋੜੀ ਪਾਊਗਾ ਹਾ ਉਹਨੇ ਹੌਲੀ ਜਿਹੀ ਨਿਸ਼ਾਨਾ ਪਹਿਲਾਂ ਇੱਕ ਜਗ੍ਹਾ ਤੇ ਟਿਕਾਊ ਫਿਰ ਗੋਲੀ ਮਾਰੂਗਾ ਫਿਰ ਉਹਨੇ ਮਰ ਜਾਣਾ ਫਿਰ ਉਹਨੇ ਸਿੰਗ ਸੁੰਗ ਲਾ ਕੇ ਵੇਚ ਉਹਨੇ ਇਹਨੂੰ ਪੈਸੇ ਮਿਲਣੇ ਫਿਰ ਅੱਜ ਕੱਲ੍ਹ ਦੀ ਪੁਲਿਸ ਥੋੜੀ ਮੰਨਦੀ ਕਿਸੇ ਦੀ ਇੱਕ ਸ਼ੌਂਕ ਬੁੱਤਰ ਬਾਜੀ ਦਾ ਇੱਕ ਚਸਕਾ ਜੂਏ ਦੀ ਬਾਜੀ ਦਾ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ ਤੇ ਅੱਜ ਸਾਡੇ ਸਟੂਡੀਓ ਮੌਜੂਦ ਹੈ ਪਾਰਲਰ ਦਾ ਮੁੰਡਾ ਯਾਨੀ ਕਿ ਮਾਝੇ ਵਾਲਾ ਗੋਲੂ ਗੋਲੂ ਤੁਹਾਡਾ ਸਵਾਗਤ ਹੈ ਦੈਨਿਕ ਸਵੇਰਾ ਸਟੂਡੀਓ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪਾਰਲਰ ਦੇ ਮੁੰਡੇ ਦੀ ਕਹਾਣੀ ਕੀ ਹੈ ਇਹ ਨਾ ਦਰਸਲ ਮੈਂ ਨਾ ਮਤਲਬ ਸਾਡੇ ਨਾ ਇੱਥੇ ਮੁੰਡੇ ਪਨੀਰੀ ਪੁੱਟ ਰਹੇ ਸੀ ਤੇ ਮੈਂ ਨਾ ਮਤਲਬ ਸਾਈਕਲ ਤੇ ਕਸਰਤ ਕਰਨ ਜਾਂਦਾ ਹਾਂ ਸਰ ਰੋਜ਼ ਹਨਾ ਤੇ ਹੁਣ ਵੀ ਜਾਂਦਾ ਵਾਂ ਮੈਂ ਤੇ ਮਤਲਬ ਕਸਰਤ ਕਰਨ ਜਾਂਦਾ ਤੇ ਮੁੰਡੇ ਪਨੀਰੀ ਪੁੱਟਣ ਡਏ ਸੀ ਤੇ ਮੇਰੀ ਚਾਚੀ ਮਤਲਬ ਪਾਰਲਰ ਦਾ ਕੰਮ ਕਰਦੇ ਆ ਤੇ ਮੈਨੂੰ ਮਤਲਬ ਮੈਨੂੰ ਕਹਿ ਦਿੰਦੇ ਤੇ ਮੈਂ ਬਰਦਾਸ਼ਤ ਕਰ ਲੂੰ ਪਰ ਜਦੋਂ ਮੇਰੇ ਮਤਲਬ ਕੋਈ ਘਰਦਿਆਂ ਦੇ ਖਿਲਾਫ ਜਾਂਦਾ ਫਿਰ ਨਹੀਂ ਮੈਂ ਬਰਦਾਸ਼ਤ ਕਰ ਮੈਨੂੰ ਕਹਿੰਦੇ ਪਾਰਲਰ ਦੇ ਮੁੰਡੇ ਫਿਰ ਮੈਂ ਗਾਲਾਂ ਵਾਹਿਆ ਉਹਨਾਂ ਨੂੰ ਉਦੋਂ ਤਾਂ ਤੁਸੀਂ ਗਾਲਾਂ ਕੱਢਤੀਆਂ ਹਾਂਜੀ ਪਰ ਇਹ ਗਾਲਾਂ ਤੁਹਾਡੇ ਲਈ ਲੱਕੀ ਸਾਬਿਤ ਹੋਈਆਂ ਹਾਂਜੀ ਪਰ ਨਹੀਂ ਇਹ ਜੋ ਮਤਲਬ ਪਹਿਲਾਂ 2-3 ਦਿਨ ਹਨਾ ਇੱਦਾਂ ਮਤਲਬ ਮੈਂ ਜਾਂਦਾ ਸੀ ਰੋਜ਼ ਹੀ ਕਹਿਣਾ ਉਹਨਾਂ ਨੇ ਤੇ ਉਹ ਜੋ ਮੈਂ ਗਾਲਾ ਫਿਰ ਇੱਕ ਅਨੋਖਾ ਜਿਹਾ ਇੱਕ ਡਾਇਲੋਗ ਜਿਹਾ ਮੈਂ ਕੀਤਾ ਮਤਲਬ ਫਿਰ ਉਹ ਐਂਡ ਦੇ ਲਈ ਦਿਨ ਉਹਨਾਂ ਨੂੰ ਕਹਿ ਕੇ ਪਹਿਲੇ ਤਿਆਰ ਕੀਤਾ ਸੀ ਉਹ ਹਾਂ ਕਿੱਥੋਂ ਸਿੱਖਿਆ ਸੀ ਉਹ ਆਪ ਬਣਾਇਆ ਸੀ ਇਹ ਗਾਲਾਂ ਕਿੱਥੋਂ ਸਿੱਖੀਆਂ ਇਹ ਗਾਲਾਂ ਪਿੰਡ 'ਚ ਤੁਹਾਡੇ ਪਿੰਡ ਕੱਢਦੇ ਗਾਲਾਂ ਕੱਢਦਾ ਤੁਸੀਂ ਉਹ ਗਾਣਾ ਨਹੀਂ ਸੁਣਿਆ ਗਾਲ ਨਹੀਂ ਕੱਢਣੀ ਪਰਮੇਸ਼ਵਰ ਮੈਂ ਇਹਦਾ ਗਾਣਾ ਨਹੀਂ ਸੁਣਿਆ ਕਿਹੜਾ ਉਹ ਵਾਲਾ ਉਹ ਸਾਰਾ ਸੁਣਿਆ ਗਾਣਾ ਤੇ ਹੁਣ ਕੱਢ ਦਿਓ ਨਾ ਹੁਣ ਨਹੀਂ ਅੱਛਾ ਇਹ ਦੱਸੋ ਸਕੂਲ ਕਿਸ ਟਾਈਮ ਜਾਂਦੇ ਹੋ ਸਕੂਲ ਮੈਂ ਮਤਲਬ ਜਿਸ ਵੇਲੇ ਮੇਰਾ ਸ਼ੂਟ ਹੁੰਦਾ ਵਾ ਉਸ ਵੇਲੇ ਸ਼ੂਟ ਤੋਂ ਆਣ ਕੇ ਤੇ ਫਿਰ ਮੈਂ ਰਾਤ ਨੂੰ ਆਵਾਂ ਜੇ ਰਾਤ ਨੂੰ ਆਵਾਂ ਫਿਰ ਅਗਲੇ ਦਿਨ ਮੈਂ ਟਿਊਸ਼ਨ 'ਤੇ ਚਲ ਜਾਂਦਾ ਹੁਣ ਤਾਂ ਸਕੂਲ ਬੰਦ ਵਾ ਮੈਂ ਇਗਜ਼ਾਮ ਵੀ ਦਿੱਤੇ ਆ ਅਤੇ ਕਈ ਲੋਕ ਮਤਲਬ ਹੈਗੇ ਮਤਲਬ ਕਹਿੰਦੇ ਗੋਲੂ ਸਕੂਲ ਨਹੀਂ ਜਾਂਦਾ ਹੈ ਨਾ
मैं जो शूट ते हुना उदो नहीं जाना बस ओदा मेरी ट्यूशन चलदी आ ऑनलाइन क्लासेस मेरीया सारे कहंदे गोलू सिर्फ वीडियोस ही बनांदा है पढ़ाई नहीं करदा हां जी मैं पढ़ाई करदा वा मेरे स्कूल जाके उनां नूं को पुछणा मेरे सरां नूं पुछणा मैं अपनी कापियां भी होमवर्क भी कंप्लीट मैं एग्जाम भी दित्ते आ सारा कुछ कीता ते कहंदे स्कूल नहीं जांदा नंबर क्यों जांदे आ नंबर वधिया ऐड के थर्ड पोजीशन आई वेरी गुड वेरी गुड ਹੁਣ ਤੁਹਾਡੇ ਆਉਣ ਵਾਲੀ ਫਿਲਮਾਂ ਕਿਹੜੀਆਂ ਅਸੀਂ ਤੁਹਾਨੂੰ ਕਿਹੜੀ ਫਿਲਮ 'ਚ ਦੇਖਾਂਗੇ ਇਹ ਇੱਕ ਮੇਰੀ ਮਤਲਬ ਸਿੱਧੂ ਭਾਜੀ ਨਾਲ ਹਨਾ ਤੇ ਗਿੱਪੀ ਭਾਜੀ ਨਾਲ ਤੇ ਮੈਂ ਬਾਲੀਵੁੱਡ 'ਚ ਵੀ ਕੰਮ ਕਰ ਚੁੱਕਿਆ ਮੈਂ ਇੱਕ ਫਿਲਮ ਤੇ ਉਹਨਾਂ ਦਾ ਮਤਲਬ ਨਾਂ ਨਹੀਂ ਦੱਸ ਸਕਦਾ ਤੇ ਮਤਲਬ ਹਨਾ ਸਿੱਧੂ ਭਾਜੀ ਮਤਲਬ ਵੀ ਇੰਨੇ ਵਧੀਆ ਸੁਭਾਅ ਹਨਾ ਕਰਨ ਔਜਲਾ ਭਾਜੀ ਸਿੱਧੂ ਭਾਜੀ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਮੈਨੂੰ ਉਹਨਾਂ ਨੇ ਮਤਲਬ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਹਨਾ ਸੁਖ ਸਿੰਘ ਡਾ ਭਾਜੀ ਨਾਲ ਗੱਲ ਹੋਈ ਉਹਨਾਂ ਨੇ ਸਿੱਧੂ ਭਾਜੀ ਨਾਲ ਗੱਲ ਕਰਵਾਈ ਤੇ ਮੈਨੂੰ ਆਂਦੇ ਗੋਲੂ ਭਾਜੀ ਕੀ ਆ ਮੈਨੂੰ ਬੜੇ ਮਤਲਬ ਸੰਗ ਜੀ ਆਈ ਵੀ ਮੈਨੂੰ ਐਡੇ ਵੱਡੇ ਸਟਾਰ ਹੋ ਗਏ ਸਿੱਧੂ ਭਾਜੀ ਮੈਨੂੰ ਭਾਜੀ ਕਹਿੰਦੇ ਤੇ ਜਿਹੜੇ ਮਤਲਬ ਕਈ ਲੋਕ ਹੱਲੇ ਵੀ ਹੈਗੇ ਜਿਨ੍ਹਾਂ ਨੂੰ ਨੋ ਸੈਂਸ ਵੀ ਮਾਸਾ ਜਿੰਨੀ ਵੀ ਨਹੀਂ ਹੈਗੀ ਵੀ ਮਤਲਬ ਐਡੇ ਐਡੇ ਵੱਡੇ ਸਟਾਰ ਹੋ ਗਏ ਗੋਲੂ ਭਾਜੀ ਨੂੰ ਹਨਾ ਮਤਲਬ ਭਾਜੀ ਕਹਿੰਦੇ ਮੈਂ ਸੋਚ ਵੀ ਨਹੀਂ ਸਕਦਾ ਵੀ ਸਿੱਧੂ ਭਾਜੀ ਮੈਨੂੰ ਭਾਜੀ ਕਹਿਣਗੇ ਤੇ ਪਰ ਉਹਨਾਂ ਨੇ ਬਹੁਤ ਵਧੀਆ ਸੁਭਾਅ ਵਾ ਸਿੱਧੂ ਭਾਜੀ ਉਹਨਾਂ ਦਾ ਮੇਰੀ ਗੱਲ ਵੀ ਹੋਈ ਆ ਕਰਨ ਔਜਲੇ ਹੁਣੇ ਭਾਜੀ ਨਾਲ ਵੀ ਸਿੱਧੂ ਭਾਜੀ ਨਾਲ ਵੀ ਬਹੁਤ ਵਧੀਆ ਸੁਭਾਅ ਵਾ ਭਾਜੀ ਉਹਨਾਂ ਦਾ ਸਭ ਤੋਂ ਵਧੀਆ ਕੌਣ ਲੱਗਾ ਸਿੱਧੂ ਕੇ ਕਰਨ ਦੋਵੇਂ ਵਧੀਆ ਬਹੁਤ ਵਧੀਆ ਅਰਜੈਂਟ ਲੋ ਭਾਜੀ ਨਾਲ ਵੀ ਇੰਸਟਾ ਤੇ ਗੱਲ ਹੁੰਦੀ ਰਹਿੰਦੀ ਆ ਉਹਨਾਂ ਨਾਲ ਮਤਲਬ ਗੱਲ ਕਰਦੇ ਰਹਿੰਦੇ ਆ ਸਿੱਧੂ ਨਾਲ ਕਿਹੜਾ ਗਾਣਾ ਆ ਰਿਹਾ ਸਿੱਧੂ ਨਾਲ ਇੰਨਾ ਨਹੀਂ ਦੱਸਿਆ ਹਲੇ ਥੋੜਾ ਜਿਹਾ ਨਹੀਂ ਦੱਸਣਾ ਨਹੀਂ ਕਿ ਉਹਨਾਂ ਨੇ ਨਹੀਂ ਦੱਸਿਆ ਉਹਨਾਂ ਨੇ ਨਹੀਂ ਹਲੇ ਹਲੇ ਸ਼ੂਟ ਕੀਤਾ ਸਿੱਧੂ ਦਾ ਗਾਣਾ ਕਿਹੜਾ ਵਧੀਆ ਲੱਗਦਾ ਸਿੱਧੂ ਦੇ ਗਾਣੇ ਸਾਰੇ ਵਧੀਆ ਇੱਕ ਗਾਣਾ ਸਿੱਧੂ ਦਾ ਸੁਣਾ ਦਿਓ ਜਿਹੜਾ ਤੁਹਾਡਾ ਫੇਵਰੇਟ ਹੈ ਨਹੀਂ ਹੁੰਦਾ ਨਹੀਂ ਹੁੰਦਾ ਆਂਦਾ ਨਹੀਂ ਤੇ ਕਰਨ ਦਾ ਕਰਨ ਦੇ ਸਾਰੇ ਵਧੀਆ ਕੋਈ ਇੱਕ ਗਾਣਾ ਸੁਣਾ ਦਿਓ ਕਰਨ ਦਾ ਸੁਣਾ ਦਿਓ ਉਹਨੇ ਚੇਤਾ ਭੁੱਲ ਗਿਆ ਅੱਛਾ ਤੁਸੀਂ ਆਪਣੇ ਗਾਣੇ 'ਚ ਕਿਹਾ ਕਿ ਮੇਰਾ ਫੇਸ ਕਰਨ ਔਜਲੇ ਨਾਲ ਮਿਲਦਾ ਹਾਂਜੀ ਇਹ ਲਾਈਨ ਕਿਵੇਂ ਆਈ ਇਹ ਮਤਲਬ ਉਹਨਾਂ ਨੇ ਲਿਖੀ ਮਤਲਬ ਜਿੱਥੇ ਪਹਿਲਾਂ ਇਹ ਲਾਈਨ ਹੈ ਹੋਰ ਸੀ ਤੇ ਮੈਂ ਫਿਰ ਕਿਹਾ ਮੈਂ ਕਿਹਾ ਵੀ ਅੱਜ ਕੱਲ੍ਹ ਦਾ ਟ੍ਰੈਂਡ ਮਤਲਬ ਮਤਲਬ ਅੱਜ ਕੱਲ੍ਹ ਦੇ ਜਿਹੜੇ ਸਿੰਗਰ ਆ ਨਾ ਉਹ ਬਹੁਤ ਜ਼ਿਆਦਾ ਮਤਲਬ ਹਿੱਟ ਹੋਏ ਆ ਤੇ ਮੈਂ ਔਜਲਾ ਭਾਜੀ ਉਹਨਾਂ ਦਾ ਮਤਲਬ ਵਿੱਚ ਕਰਦਾ ਵਾਂ ਪਹਿਲਾਂ ਉਹਦੀ ਜਗ੍ਹਾ ਸੁੱਖਾ ਕਾਲੋ ਸੀ ਤੇ ਫਿਰ ਮੈਂ ਕਿਹਾ ਵੀ ਮੇਰੀ ਮਰਜ਼ੀ ਮੈਂ ਕਿਹਾ ਮੇਰੀ ਮਰਜ਼ੀ ਮੈਂ ਕਰਨ ਔਜਲਾ ਭਾਜੀ ਦਾ ਪਰ ਤੁਹਾਨੂੰ ਐ ਨਹੀਂ ਲੱਗਾ ਕਿ ਮੈਂ ਐਵੇਂ ਹੀ ਲਿਖਤਾ ਕਿ ਮੇਰਾ ਫੇਸ ਕਰਨ ਔਜਲੇ ਨਾਲ ਮਿਲਦਾ ਕਿਸੇ ਨੇ ਕਿਹਾ ਨਹੀਂ ਮਤਲਬ ਕਿ ਤੁਸੀਂ ਇਹ ਲਾਈਨ ਕਿਉਂ ਪਾਈ ਕਿ ਮੇਰਾ ਫੇਸ ਕਰਨ ਔਜਲੇ ਨਾਲ ਮਿਲਦਾ ਮੈਨੂੰ ਮਤਲਬ ਵਧੀਆ ਲੱਗਦੇ ਆ ਉਹਨਾਂ ਦਾ ਜਦੋਂ ਉਹ ਮਤਲਬ ਇਦਾਂ ਰਹਿੰਦੇ ਆ ਅੱਛਾ ਉਹ ਕਦਨ ਇੰਡੀਆ ਆਏ ਹੋਏ ਸੀ ਤੁਹਾਨੂੰ ਮਿਲੇ ਨਹੀਂ ਹਲੇ ਨਹੀਂ ਹਲੇ ਨਹੀਂ ਮਿਲੇ ਤੇ ਮਤਲਬ ਜਦੋਂ ਮਣਾ ਉਹਨਾਂ ਦੇ ਮੰਮੀ ਡੈਡੀ ਨਹੀਂ ਹੈਗੇ ਤੇ ਉਹਨਾਂ ਨੂੰ ਕਿਦਾਂ ਦਾ ਫੀਲ ਹੁੰਦਾ ਤੇ ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬੜਾ ਸੈਡ ਜਿਹਾ ਮਨ ਹੋ ਜਾਂਦਾ ਵੀ ਜਿਨ੍ਹਾਂ ਦੇ ਅੱਜ ਕੱਲ੍ਹ ਹਨਾ ਮਾਂ ਪਿਓ ਵਾ ਉਹ ਆਪਣੇ ਮੰਮੀ ਪਾਪਾ ਦੀ ਕਦਰ ਕਰਦੇ ਨਹੀਂ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਆਪਣੇ ਮੰਮੀ ਪਾਪਾ ਨੂੰ ਰੋਂਦੇ ਆ ਤੇ ਮੈਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੂੰਗਾ ਵੀ ਨਸ਼ਿਆਂ 'ਚ ਨਾ ਡੁੱਬੋ ਤੇ ਆਪਣੇ ਮੰਮੀ ਪਾਪਾ ਦੀ ਸੇਵਾ ਕਰੋ ਅਸੀਂ ਤੁਹਾਡਾ ਦੇਖਿਆ ਪ੍ਰੇਮ ਢਿੱਲੋਂ ਨਾਲ ਵੀ ਗਾਣਾ ਆਇਆ ਮਾਝਾ ਬਲੌਕ ਉਹਦੀਆਂ ਦੋ ਲਾਈਨਾਂ ਸੁਣਾ ਦਿਓ ਸਾਨੂੰ ਹੋ ਨਿਕਲ ਬਾਹਰ ਵੇਖ ਸੜਕਾਂ ਤੇ ਕੌਣੀ ਮਛਰੀ ਮਡੀਰ ਨੂੰ ਅਨਾ ਥਪਾਉਂਦੇ ਕੌਣੀ ਕਈ ਆ ਯੱਕੇ ਵਿੱਚ ਫਿਰਦੇ ਕੇ ਡੱਕਿਆ ਇਹਨਾਂ ਦੀ ਅਸੀਂ ਅੱਗੇ ਬਾਕੀਆਂ ਦੀ ਡੋਨੀ ਕੁਣੀ ਤੋਂ ਸੁਣੀ ਦੇ ਆ ਮਾੜੇ ਮੁੰਡੇ ਮਾਝੇ ਦੇ ਕੁਣੀ ਤੋਂ ਸੁਣੀ ਦੇ ਆ ਮਾੜੇ ਮੁੰਡੇ ਮਾਝੇ ਦੇ ਤੇਰੇ ਦੇ ਝੱਟ ਵਿੱਚ ਧਰ ਦਿੰਦੇ ਮੋਰਨੀ ਮੋਰਨੀ ਕੱਢ ਟਾਈਮ ਵੇਖਣ ਜੀ ਹੋਰਨੀ ਹੋਰਨੀ ਸੀਟਾਂ ਉੱਤੇ ਜੱਟਾਂ ਦੀ ਆ ਟੋਰਨੀ ਪ੍ਰੇਮ ਢਿੱਲੋਂ ਵੀ ਇੰਡੀਆ ਆਇਆ ਹੋਇਆ ਉਹ ਤੁਹਾਨੂੰ ਮਿਲਿਆ ਨਹੀਂ ਹੱਲੇ ਨਹੀਂ ਉਹ ਕਿਉਂ ਨਹੀਂ ਮਿਲਿਆ ਉਹਨੇ ਤਾਂ ਕਾਪੀਰਾਈਟ 'ਚ ਵੀ ਤੁਹਾਡੀ ਆਵਾਜ਼ ਲਈ ਆ ਪਤਾ ਨਹੀਂ ਹੁਣ ਉਹਨਾਂ ਨੂੰ ਪਤਾ ਕਿ ਉਹਨਾਂ ਨਾਲ ਫੋਨ ਤੇ ਗੱਲ ਨਹੀਂ ਕੀਤੀ ਨੰਬਰ ਨਹੀਂ ਆ ਕਰਨਾ ਵਾ ਨਹੀਂ ਜਦੋਂ ਕਾਪੀਰਾਈਟ ਗਾਣੇ 'ਚ ਉਹਨਾਂ ਨੇ ਤੁਹਾਡੀ ਆਵਾਜ਼ ਲਈ ਉਦੋਂ ਉਹਨਾਂ ਨੇ ਤੁਹਾਡੇ ਨਾਲ ਕੰਟੈਕਟ ਨਹੀਂ ਕੀਤਾ ਨਾ ਤੁਹਾਡੀ ਕਿਹਦੇ ਨਾਲ ਗੱਲ ਹੋਈ ਉਦੋਂ ਮੇਰੀ ਕਿਸੇ ਨਾਲ ਨਹੀਂ ਸੁਖ ਸੰਗੜਾ ਭਾਜੀ ਨਾਲ ਹੁੰਦੀ ਬਸ ਅੱਛਾ ਉਹਨਾਂ ਨੇ ਤੁਹਾਨੂੰ ਕਿਹਾ ਕਿ ਇਹ ਡਾਇਲੌਗ ਬੋਲ ਕੇ ਭੇਜੋ ਹਾਂਜੀ ਤੇ ਤੁਸੀਂ ਕਿਹਾ ਨਹੀਂ ਕਿ ਪ੍ਰੇਮ ਢਿੱਲੋਂ ਹੁਣ ਇੰਡੀਆ ਆਇਆ ਹੋਇਆ ਮੈਂ ਮਿਲਣਾ ਉਹਨਾਂ ਨੂੰ ਉਹ ਤਾਂ ਰਹਿੰਦੇ ਵੀ ਉੱਥੇ ਤੁਹਾਡੇ ਨੇੜੇ ਹੀ ਨੇ ਨਹੀਂ ਮੈਂ ਕਿਹਾ ਨਹੀਂ ਫਿਰ ਮੈਂ ਕਿਹਾ ਆਪ ਨਹੀਂ ਆਏ ਫਿਰ ਮੈਂ ਵੀ ਕਿਹਾ ਪਰ ਇਦਾਂ ਹੁੰਦਾ ਨਹੀਂ ਕਿ ਮੈਂ ਆਏ ਆ ਤੇ ਸਪੈਸ਼ਲੀ ਤੇ ਮੈਨੂੰ ਮਿਲੇ ਵੀ ਨਹੀਂ ਤੇ ਜੀ ਤੇ ਕਰਦਾ ਵੀ ਮਤਲਬ ਮਿਲਣਾ ਚਾਹੀਦਾ ਸੀ ਪਰ ਹੁਣ ਫਿਰ ਜੇ ਉਹ ਨਹੀਂ ਮਿਲਣਾ ਹੈ ਤੇ ਫਿਰ ਮੈਂ ਕੀ ਕਰਨਾ ਹੁਣ ਨਾਲੇ ਸਾਨੂੰ ਪੁੱਛਣਾ ਨਾ ਮਾੜੇ ਬੰਦਿਆਂ ਨੂੰ ਨਹੀਂ ਪਰ ਉਹਨਾਂ ਨੇ ਫਿਰ ਕਾਪੀਰਾਈਟ 'ਚ ਵੀ ਤਾਂ ਤੁਹਾਡੀ ਆਵਾਜ਼ ਲਈ ਹੈ ਹਾਂ ਲਈ ਤੇ ਪਰ ਹੁਣ ਮੈਂ ਕੀ ਕਹਿ ਸਕਦਾ ਹੁਣ ਸੁਖ ਸਿੰਘੜਾ ਭਾਜੀ ਦੇ ਮੈਂ ਤੇ ਉਹਨਾਂ ਦੇ ਕਹਿਣ ਤੇ ਡਾਇਲੌਗ ਬੋਲਤੇ ਸੀ
ਤੇ ਤੁਹਾਨੂੰ ਪੇਮੈਂਟ ਮਿਲਦੀ ਆ ਤੁਹਾਡੇ ਕੰਮ ਦੀ? ਹਾਂਜੀ। ਅਸੀਂ ਇਹ ਵੀ ਦੇਖਿਆ ਕਿ ਨਿਰਵੈਰ ਪੰਨੂ ਦੇ ਗਾਣੇ 'ਚ ਵੀ ਤੁਹਾਡੀ ਆਵਾਜ਼ ਹੈ। ਹਾਂਜੀ। ਉਹ ਕਿਵੇਂ ਬਣਿਆ? ਨਿਰਵੈਰ ਪੰਨੂ ਵੇਖੋ ਪ੍ਰੋਪਰ ਹੈਗਾ ਜੀ, ਮੇਰੀ ਆਵਾਜ਼ ਹਨਾ ਜਿੱਦਾਂ ਲਈ ਉਹਨੂੰ ਮੈਂ ਇੰਸਟਾ 'ਤੇ ਮੈਸੇਜ ਵੀ ਕੀਤਾ, ਕਾਫੀ ਦੇਰ ਹੋ ਗਈ, ਸਾਲ ਹੀ ਹੋ ਚੱਲਾ ਹੋਣਾ ਇੰਸਟਾ 'ਤੇ ਮੈਸੇਜ ਕੀਤਾ, ਪਰ ਹੀ ਮੈਨੂੰ ਕੰਟੈਕਟ ਕਰਿਓ ਹਨਾ, ਉਹਨੇ ਇੱਕ ਬੰਦਾ ਐਡਾ ਉਹ ਹੈਗਾ ਉਹ, ਉਹਨੇ ਨਾ ਹੀ ਕੰਟੈਕਟ ਕੀਤਾ ਨਾ ਹੀ ਮੈਸੇਜ ਕੀਤਾ, ਸਗੋਂ ਅਰਜੈਂਟ ਲਓ ਭਾਅ ਜੀ ਉਹਨਾਂ ਨੂੰ ਮੈਂ ਇੱਕੋ ਵਾਰੀ ਕਿਹਾ ਭਾਅ ਜੀ ਮੈਸੇਜ, ਉਹਨਾਂ ਨੇ ਸਗੋਂ ਹਾਲ ਚਾਲ ਪੁੱਛਿਆ, ਗੱਲ ਵੀ ਕੀਤੀ ਉਹਨਾਂ ਨੇ, ਅਤੇ ਕਰਨ ਔਜਲਾ ਭਾਅ ਜੀ ਨੇ ਵੀ ਕੀਤੀ ਗੱਲ। ਨਿਰਵੈਰ ਪੰਨੂ ਨੇ ਤੁਹਾਡੀ ਆਵਾਜ਼ ਲਈ ਪਰ ਤੁਹਾਨੂੰ ਪੁੱਛਿਆ ਨਹੀਂ ਪਹਿਲਾਂ? ਨਾ। ਆਪੇ ਲੈ ਲਿਆ? ਆਪੇ। ਤਾਂ ਤੁਸੀਂ ਕਲੇਮ ਨਹੀਂ ਮਾਰਿਆ? ਨਾ। ਕਿਉਂ? ਪਤਾ ਨਹੀਂ, ਫਿਰ ਮੈਨੂੰ ਮੈਂ ਕੀ ਕਹਿ ਸਕਦਾ ਸੀ। ਅੱਛਾ, ਤੁਹਾਡਾ ਆਪਣਾ ਗਾਣਾ ਵੀ ਆਇਆ ਸੀ ਗੋਲੂ ਮਾਜੇ ਵਾਲਾ, ਉਹ ਕਿਵੇਂ ਬਣਾਇਆ ਗਾਣਾ, ਕਿਹਦਾ ਆਈਡੀਆ ਸੀ? ਮੇਰਾ। ਤੁਹਾਡਾ ਆਪਣਾ ਆਈਡੀਆ ਸੀ? ਉਹਦੀਆਂ ਦੋ ਲਾਈਨਾਂ ਸੁਣਾ ਦਿਓ ਸਾਨੂੰ। ਆਪਣਾ ਗਾਣਾ ਤਾਂ ਤੁਹਾਨੂੰ ਯਾਦ ਹੋਏਗਾ। ਹਾਂ, ਮੈਂ ਆਪਣਾ ਗਾਣਾ ਸੁਣਾ ਦਿਓ। ਚਿਰਾ ਤੋਂ ਹੀ ਸਾਡੇ ਨਾਲ ਰੁੱਸੀਆਂ ਬਹਾਰਾਂ ਸੀ, ਕਰ ਸਾਡੇ ਸਾਈਕਲ ਤੇ ਖਾਬਾ ਵਿੱਚ ਕਾਰਾਂ ਸੀ। ਹੋ ਚਿਰਾ ਤੋਂ ਹੀ ਸਾਡੇ ਨਾਲ ਰੁੱਸੀਆਂ ਬਹਾਰਾਂ ਸੀ, ਕਰ ਸਾਡੇ ਸਾਈਕਲ ਤੇ ਖਾਬਾ ਵਿੱਚ ਕਾਰਾਂ ਸੀ। ਬਣਿਆ ਮਜ਼ਾਕ ਭਾਵੇਂ ਹੱਲੇ ਅੱਜ ਵਾਕ, ਭਾਵੇਂ ਰੱਬ ਦੀ ਰਜ਼ਾ ਚ ਹੋ ਕੇ ਕੰਮ ਦੱਸੂਗਾ। ਟਾਈਮ ਦੱਸੂ, ਟਾਈਮ ਦੱਸੂ, ਟਾਈਮ ਦੱਸੂਗਾ ਕੌਣ ਕਿੰਨੇ ਪਾਣੀ ਵਿੱਚ, ਟਾਈਮ ਦੱਸੂਗਾ। ਟਾਈਮ ਦੱਸੂ, ਟਾਈਮ ਦੱਸੂ, ਟਾਈਮ ਦੱਸੂਗਾ ਕੌਣ ਕਿੰਨੇ ਪਾਣੀ ਵਿੱਚ, ਟਾਈਮ ਦੱਸੂਗਾ। ਵਾਹ, ਵੈਰੀ ਗੁੱਡ, ਵੈਰੀ ਗੁੱਡ। ਹੁਣ ਅਗਲਾ ਗਾਣਾ ਕਿਹੜਾ ਆ ਰਿਹਾ ਤੁਹਾਡਾ? ਅਗਲਾ ਮੇਰਾ ਵੰਗਾਰ। ਵੰਗਾਰ, ਉਹਦੀਆਂ ਦੋ ਲਾਈਨਾਂ ਸੁਣਾ ਦਿਓ। ਨਹੀਂ ਨਹੀਂ ਨਹੀਂ, ਕਿਉਂ? ਉਹ ਲੀਕ ਹੋ ਜਾਣਾ ਫਿਰ। ਦੋ ਲਾਈਨਾਂ ਨਾਲ ਥੋੜੀ ਲੀਕ ਹੋ ਜਾਣਾ। ਦੋ ਲਾਈਨਾਂ ਕੀ ਕਹਿੰਦੀਆਂ? ਨਹੀਂ ਨਹੀਂ, ਕਿ ਥੋੜਾ ਜਿਹਾ ਨਹੀਂ ਸੁਣਾਣਾ। ਅੱਛਾ, ਤੁਸੀਂ ਕਿਹਾ ਮੈਂ ਬਾਲੀਵੁੱਡ ਵਿੱਚ ਵੀ ਕੰਮ ਕੀਤਾ, ਬਾਲੀਵੁੱਡ ਜ਼ਿਆਦਾ ਵਧੀਆ ਲੱਗਾ ਕਿ ਆਪਣਾ ਪੰਜਾਬੀ ਸਿਨੇਮਾ ਜ਼ਿਆਦਾ ਵਧੀਆ ਲੱਗਾ? ਮੈਨੂੰ ਦੋਨੋਂ ਵਧੀਆ ਲੱਗੇ, ਬਾਲੀਵੁੱਡ 'ਚ ਵੀ ਕੰਮ ਕਰਕੇ ਬਹੁਤ ਵਧੀਆ ਲੱਗਾ, ਅਤੇ ਆਪਣੇ ਗਿੱਪੀ ਭਾਜੀ ਨਾਲ ਵੀ ਕੰਮ ਕਰਕੇ ਬਹੁਤ ਵਧੀਆ। ਬਾਲੀਵੁੱਡ 'ਚ ਕਿਹਦੇ ਨਾਲ ਕੀਤਾ? ਬਾਲੀਵੁੱਡ 'ਚ ਇਹ ਨਹੀਂ ਦੱਸਣਾ, ਉਹਨਾਂ ਮਨਾ ਕੀਤਾ ਹਲੇ। ਥੋੜ੍ਹਾ ਜਿਹਾ ਮਾੜਾ ਜਿਹਾ ਹਿੰਟ। ਅੱਛਾ, ਹਿੰਟ ਦੇ ਦਿਓ ਕਿਹਦੇ ਨਾਲ ਕੀਤਾ। ਨਾ ਨਾ, ਜੇ ਦੱਸਤਾ ਫਿਰ ਕੰਮ ਖਰਾਬ ਹੋ ਜਾਣਾ, ਮਤੇ ਐਵੇਂ ਹੋ ਜਾਣਾ, ਹੁਣ ਤਾਂ ਸ਼ੂਟ ਹੋ ਗਿਆ, ਖਤਮ ਹੋ ਗਿਆ ਉਹ ਤਾਂ। ਪਰ ਉਹਨਾਂ ਵਿਚਾਰਿਆਂ ਨੇ ਪੈਸੇ ਲਾਏ, ਅਗਲਿਆਂ ਕਹਣਾ ਲੀਕ ਕਰਕੇ ਉਹ ਮਾਰੀ ਫਿਲਮ। ਫਿਲਮ ਥੋੜੀ ਲੀਕ ਹੋ ਜਾਣੀ ਹੈ? ਹੋ ਜਾਣੀ ਆ ਨਾ, ਮੈਨੂੰ ਪਤਾ। ਪਰ ਅੱਛਾ, ਐਮੀ ਨਾਲ ਵੀ ਤੁਸੀਂ ਕੰਮ ਕੀਤਾ, ਐਮੀ ਵਿਰਕ ਨਾਲ, ਉਹ ਕਿਸ ਰਿਲੇਟਡ ਸੀ, ਉਹਦੇ 'ਚ ਤੁਹਾਡਾ ਕੀ ਰੋਲ ਹੈ? ਉਹਦੇ 'ਚ ਮੈਂ ਸ਼ੈਤਾਨ ਹਾਂ, ਉਹਦੇ 'ਚ ਮਤਲਬ ਮੈਂ ਨਾ ਮਾਝੇ ਵਾਲੀ ਸਾਈਡ 'ਚ ਆਇਆ, ਅਤੇ ਮੈਂ ਮਤਲਬ ਉਹਨਾਂ ਨੂੰ ਬੜਾ ਸਤਾਉਣਾ ਕਰਦੇ ਹਾਂ, ਬਸ ਅੱਗੇ ਨਹੀਂ ਦੱਸਣਾ, ਅੱਗੇ ਨਹੀਂ ਦੱਸਣਾ, ਹਲੇ ਪ੍ਰੋਜੈਕਟ ਨਹੀਂ ਆਇਆ। ਤੁਸੀਂ ਕੁਛ ਵੀ ਨਹੀਂ ਦੱਸ ਰਹੇ ਹੋ, ਥੋੜ੍ਹਾ ਥੋੜ੍ਹਾ ਦੱਸੀ ਜਾਓ, ਹਿੰਟ ਦੇਈ ਜਾਓ ਸਾਨੂੰ, ਅਸੀਂ ਕਿਹੜਾ ਕਿਸੇ ਨੂੰ ਦੱਸਣਾ। ਅਗਲਿਆਂ ਨੇ ਉਹਨਾਂ ਕਹਿਣਾ ਹਲੇ ਭਰਾ ਇਹ ਕਰਕੇ ਸੂਟ ਗਿਆ ਸੀ, ਅਤੇ ਦੱਸਣ ਵੀ ਡੈ ਪਿਆ ਜਾ ਕੇ। ਤਾਂ ਫਿਰ ਕੀ ਹੋਇਆ, ਸਗੋਂ ਵਧੀਆ? ਅਤੇ ਮੇਰੀ ਵੈਲਿਊ ਘੱਟ ਜਾਣੀ ਫਿਰ? ਨਹੀਂ ਘੱਟਦੀ, ਸਗੋਂ ਵਧੇਗੀ, ਹੋਰ ਕੰਮ ਮਿਲੇਗਾ। ਉਹਦੇ ਵਿੱਚ ਮੈਂ ਸ਼ੈਤਾਨ ਬਣਿਆ ਵਾਂ। ਉਹਦਾ ਕੋਈ ਡਾਇਲੋਗ? ਅੱਛਾ, ਐਮੀ ਭਾਜੀ ਦੀ ਸਭ ਤੋਂ ਵਧੀਆ ਚੀਜ਼ ਕੀ ਲੱਗੀ? ਐਮੀ ਭਾਜੀ ਨਹੀਂ, ਉਹਨਾਂ ਦੇ ਭਰਾ ਸੀ ਭਗਵੰਤ, ਅਤੇ ਹੋਰ ਆਰਟਿਸਟ ਸੀ ਨਾਲ, ਅਤੇ ਐਮੀ ਭਾਜੀ ਮੈਂ ਕਿਹਾ ਸੀ ਉਹਨਾਂ ਨੂੰ ਵੀ ਐਮੀ ਭਾਜੀ ਨਾਲ ਗੱਲ ਕਰਾਉਂਦੇ, ਇੱਕ ਹੋਰ ਫਿਲਮ ਕਰਨੀ ਉਦੋਂ ਕਰਾਵਾਂਗੇ ਉਹਨਾਂ ਨੇ ਇਹਨਾਂ ਵਿੱਚ। ਅੱਛਾ, ਉਹਨਾਂ ਨੇ ਤੁਹਾਨੂੰ ਐਮੀ ਭਾਜੀ ਨਾਲ ਨਹੀਂ ਮਿਲਵਾਇਆ? ਨਾ। ਗਿੱਪੀ ਭਾਜੀ ਨੂੰ ਮਿਲੇ? ਉਹ ਗਏ ਸੀ, ਉਹ ਆਉਂਦੇ ਉਹ ਬੰਬੇ ਗਏ ਆ ਉਦੋਂ। ਅੱਛਾ, ਅਤੇ ਉਹ ਭਗਵੰਤ ਭਾਜੀ ਹੁਣੀ ਸਾਰਾ ਡੇ ਸੀ ਕਰਨ। ਗਿੱਪੀ ਭਾਜੀ ਮਿਲੇ? ਹਾਂਜੀ। ਉਹਨਾਂ ਦੀ ਸਭ ਤੋਂ ਵਧੀਆ ਗੱਲ ਕੀ ਲੱਗੀ? ਉਹਨਾਂ ਦੀ ਸਭ ਤੋਂ ਵਧੀਆ ਗੱਲ ਬਹੁਤ ਮਤਲਬ ਉਹਨਾਂ ਦਾ ਸੁਭਾਅ ਬੜਾ ਵਧੀਆ, ਉਹਨਾਂ ਨੇ ਵੀ ਗੋਲੂ ਭਾਅ ਜੀ ਕਹਿ ਕੇ ਇੱਦਾਂ ਮਤਲਬ ਮੈਂ ਸੋਚ ਨਹੀਂ ਸਕਦਾ ਵੀ ਵੱਡੇ ਵੱਡੇ ਆਰਟਿਸਟ ਵੀ ਮਤਲਬ ਜਿਹੜੇ ਹਨ ਗਿੱਪੀ ਭਾਅ ਜੀ ਜਿਵੇਂ ਸਿੱਧੂ ਭਾਅ ਜੀ ਇੱਦਾਂ ਮੈਨੂੰ ਭਾਅ ਜੀ ਕਹਿਣਗੇ, ਮੈਨੂੰ ਸਗੋਂ ਬੜੀ ਸ਼ਰਮ ਜਿਹੀ ਆਈ ਵੀ ਵੱਡੇ ਆਰਟਿਸਟ ਕਿੱਡੇ ਵੱਡੇ ਸਟਾਰ ਭਾਅ ਜੀ ਨਹੀਂ ਅਤੇ ਮੈਨੂੰ ਭਾਅ ਜੀ ਕਹਿਣ ਡੇ, ਅਤੇ ਜਿਹੜੇ ਅੱਜ ਕੱਲ੍ਹ ਦੇ ਲੋਕ ਵਾ ਜਿਨ੍ਹਾਂ ਦੀ ਮਤਲਬ ਸੋਚ ਉੱਦਾਂ ਦੀ, ਅਤੇ ਉਹ ਅੱਜ ਸਮਝਦੇ ਨਹੀਂ ਵੀ ਇਹ ਵੀ ਕੋਈ ਆਪਣਾ ਭੈਣ ਭਰਾ ਮਤਲਬ ਤਾਂ ਚੜਿਆ ਵਾ ਅਤੇ ਸਾਨੂੰ ਖੁਸ਼ ਹੋਣਾ ਚਾਹੀਦਾ, ਸਗੋਂ ਆਪਣਿਆਂ ਮੈਂ ਇਹੋ ਕਹੂੰਗਾ ਵੀ ਆਪਣਿਆਂ ਨਾਲੋਂ ਬਾਹਰ ਦੇ ਸਗੋਂ ਜ਼ਿਆਦਾ ਇੱਜ਼ਤ ਕਰਦੇ ਆ। ਅਤੇ ਹੁਣ ਤੁਹਾਡਾ ਦਿਲ ਕਿਹਦੇ ਨਾਲ ਆ ਕੰਮ ਕਰਨ ਦਾ? ਮੈਂ ਤਾਂ ਕਹਿੰਦਾ ਮੈਂ ਸਾਰੇ ਆਰਟਿਸਟਾਂ ਨਾਲ ਕਰਾਂ, ਅਮਿਤਾਭ ਬੱਚਨ, ਫਿਰ ਮਤਲਬ ਵੱਡੇ ਵੱਡੇ ਆਰਟਿਸਟ ਧਰਮਿੰਦਰ, ਸਨੀ ਦਿਓਲ, ਇੱਦਾਂ। ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਸਨੀ ਦਿਓਲ ਨੂੰ ਕੀ ਕਹਿਣਾ ਚਾਹੋਗੇ? ਵੀ ਮਤਲਬ ਹਨਾ ਵੀ ਮੈਨੂੰ ਮਿਲਣਾ ਮਤਲਬ ਜਦੋਂ ਵੀ ਇੱਥੇ ਆਉਣ ਹਨਾ ਜਲੰਧਰ, ਅਤੇ ਮੈਨੂੰ ਮਿਲਣਾ ਅਤੇ ਮੈਨੂੰ ਫਿਰ ਵਧੀਆ ਲੱਗੂ, ਫਿਰ ਮੈਨੂੰ ਵੀ ਹੋਊਗਾ ਮੈਂ ਸਨੀ ਦਿਓਲ ਭਾਅ ਜੀ ਨੂੰ ਮਿਲਿਆ, ਜੇ 2.5 ਕਿਲੋ ਕਾ ਹਾਜ ਪੜ ਜਾਤਾ ਨਾ ਤੇ ਲਾਸੇ ਪਾ ਦਿੱਤਾ। ਕਿਆ ਬਾਤ ਹੈ। ਅਤੇ ਜੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ, ਪੰਜਾਬੀ ਸਿਨੇਮਾ 'ਚ ਐਕਟਰਸ ਹੈਗੀਆਂ ਸਾਡੀਆਂ ਸੋਨਮ ਬਾਜਵਾ, ਨੀਰੂ ਬਾਜਵਾ, ਮੈਂਡੀ ਟੱਕਰ, ਤੁਹਾਨੂੰ ਸਭ ਤੋਂ ਜ਼ਿਆਦਾ ਕੌਣ ਪਸੰਦ ਹੈ?
ਮੈਨੂੰ ਸਾਰੇ ਨੀਰੂ ਬਾਜਵਾ, ਨਿਮਰਤ ਖਹਿਰਾ, ਸਰਗੁਣ ਮਹਿਤਾ ਅਤੇ ਫਿਰ ਉਹ ਦੂਜੇ ਨੀਰੂ ਬਾਜਵਾ ਦੀ ਜਿਹੜੀ ਭੈਣ ਜਿਨ੍ਹਾਂ ਦੀ ਸਰਗੀ ਫਿਲਮ ਆ ਰੁਬੀਨਾ ਹੈ ਨਾ, ਅਤੇ ਫਿਰ ਉਹ ਸੋਨੀ ਮਾਨ, ਨਿਮਰਤ ਖਹਿਰਾ, ਹੋਰ ਵੀ ਇੱਦਾਂ ਕੋਈ ਗਾਣਾ ਉਹਨਾਂ ਦਾ ਯਾਦ ਹੈ ਨਿਮਰਤ ਖਹਿਰਾ ਦਾ? ਨਹੀਂ, ਕੁਛ ਦੋ ਲਾਈਨਾਂ। अच्छा करण औजले का गाना सुना दो फिर सानू। क्या बात है वे जट्टा, क्या बात है, कल दसी की देना बेताई रात है। क्या बात है वे जट्टा, क्या बात है, कल दसी की देना बेताई रात है। वेरी गुड, वेरी गुड। करण औजले नाल गाना करना चाहोगे? हां जी, ते जे मतलब है ना, मैं करण औजले भाजी हुणी आना इत्थे आण के, मतलब आउणा ते मैनू, मतलब फिर मैनू बड़ा वधिया लगू भी भाजी हुणी करण औजला भाजी हुणी मैनू मिले है ना, ते फिर उहनां नाल। आप उहनां नू फोन क्यों नहीं करदे? उह तां इंडिया ही ने, उहनां नू जाके मिल लो। नहीं, उहनां नाल गल हुंदी रहिंदी साडी, पर मैं नहीं ना। ते उहनां नू कहो मैं मिलणा तां। हले थोड़ा मैं बिजी आ, थोड़ा मतलब मेरे शूट चलदे पए आ, फिर उहनां नू मिलूंगा फिर बाद विच। ਤੁਹਾਡੇ ਆਉਣ ਵਾਲੇ ਗਾਣੇ ਕਿਹੜੇ ਆ? ਆਉਣ ਵਾਲੇ ਮੇਰੇ ਤੇ ਪੰਜ ਛੇ ਪ੍ਰੋਡਕਟ ਹੈਗੇ ਮੇਰੇ ਆਉਣੇ ਜਿਹੜੇ। ਇੱਕ ਮੇਰਾ ਗਾਣਾ ਆ ਜਾਣਾ ਵਾ ਇਹ ਆਪਣਾ 25-26 ਨੂੰ ਇੱਕ ਗਾਣਾ ਆ ਜਾਣਾ ਮੇਰਾ, ਇੱਕ ਆ ਜਾਣਾ ਵਾ 2-3 ਨੂੰ। ਘਰ 'ਚ ਸਭ ਤੋਂ ਜ਼ਿਆਦਾ ਲੜਾਈ ਕਿਹਦੇ ਨਾਲ ਹੁੰਦੀ ਆ? ਘਰ 'ਚ ਲੜਾਈ ਭਰਾ ਨਾਲ, ਨਿੱਕੇ ਨਾਲ। ਭਰਾ ਛੋਟਾ? ਕਿੱਦਾਂ ਲੜਾਈ, ਕਿਸ ਗੱਲ ਤੋਂ ਹੁੰਦੀ ਆ? ਚਾਚੇ ਦਾ ਮੁੰਡਾ, ਹੁਣ ਜਿੱਦਾਂ ਹੁਣ ਮੈਂ ਇੱਦਾਂ ਬੈਠਾ, ਉਹਨੇ ਮੈਨੂੰ ਇੱਦਾਂ ਹੌਲੀ ਜਿਹੀ ਚੁੰਡੀ ਵੜ ਦੇਣੀ ਅਤੇ ਮੈਂ ਉਹਦੇ 'ਚ ਪੇਰ ਮਾਰ ਦੇਣੀ, ਉਹਦੀ ਮੰਮੀ ਨੇ ਕਰਾਂ ਅਤੇ ਮੈਂ ਫਿਰ ਕਰਾਂ, ਮੈਂ ਕਿਹਾ ਚਾਚੀ ਜੀ ਆਪ ਮਾਰ, ਚਾਚੀ ਨੇ ਉਹਦੇ 'ਚ ਪੇਰਾਂ ਮਾਰ ਦੇਣੀਆਂ, ਉਹਨੇ ਬਾਅਦ ਜਦੋਂ ਮੌਕਾ ਵੇਖ ਕੇ ਮੈਨੂੰ ਮਾਰ ਦੇਣਾ, ਫਿਰ ਲੜਦੇ ਹਾਂ ਆਪਾਂ ਦੋਵੇਂ। ਅੱਛਾ, ਮੰਮਾ ਪਾਪਾ ਕੀ ਕਹਿੰਦੇ ਆ? ਖੁਸ਼ ਹੁੰਦੇ ਆ ਜਦੋਂ ਤੁਹਾਡੀ ਇੱਦਾਂ ਪ੍ਰੋਜੈਕਟਸ ਆਉਂਦੇ ਆ, ਤੁਸੀਂ ਸ਼ੂਟ 'ਤੇ ਜਾਂਦੇ, ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ? ਮੇਰੇ ਪਾਪਾ ਮਤਲਬ ਜਦੋਂ ਮੈਂ ਪਹਿਲਾਂ ਸੀ ਨਾ ਉਦੋਂ ਦੁਖੀ ਦੁਖੀ ਜਿਹਾ ਰਹਿੰਦੇ ਸੀ, ਮਤਲਬ ਹੈ ਨਾ ਪਹਿਲਾਂ ਉਹ ਮਤਲਬ ਇੱਕ ਉਹ ਫੈਕਟਰੀ ਵਿੱਚ ਕੰਮ ਕਰਦੇ ਆ ਅਤੇ ਉਹਨਾਂ ਦੇ ਕਿੱਲ ਬਹੁਤ ਮਤਲਬ ਪੈਰ 'ਚ ਵੱਜੇ। ਮੈਂ 1-2 ਵਾਰੀ ਗਿਆ ਅਤੇ ਮੈਨੂੰ ਬਹੁਤ ਦੁੱਖ ਹੁੰਦਾ ਵੀ ਮੇਰੇ ਪਾਪਾ ਕਿੱਦਾਂ ਮਿਹਨਤ ਕਰਕੇ ਮੇਰੇ ਲਈ ਕਮਾਉਂਦੇ ਵਾ ਅਤੇ ਮੈਨੂੰ ਕਿੱਦਾਂ ਪਾਲਦੇ ਵਾ, ਅਤੇ ਮੈਂ ਵੀ ਉਹਨਾਂ ਲਈ ਕੁਝ ਕਰਾਂ। ਫਿਰ ਮੈਨੂੰ ਇੱਕ ਦਿਨ ਨਾ ਅਚਾਨਕ ਮੈਂ ਸੁੱਤਾ ਸੀਗਾ ਅਤੇ ਮੈਨੂੰ ਡਰਾਵਣਾ ਸੁਪਨਾ ਆਇਆ, ਮੈਂ ਉੱਠ ਗਿਆ। ਫਿਰ ਮੈਂ ਵਾਸ਼ਰੂਮ ਕਰਨ ਗਿਆ ਅਤੇ ਮੈਨੂੰ ਬਾਅਦ 'ਚ ਨੀਂਦ ਨਾ ਆਵੇ ਵੀ ਮੇਰੇ ਪਾਪਾ ਕਿੱਦਾਂ ਵਿਚਾਰੇ ਕਮਾਉਂਦੇ ਆ ਹੈ ਨਾ ਕਿੱਦਾਂ। ਅਤੇ ਮੈਂ ਇੱਕ ਦਿਨ ਨਾਂ ਰੋਸ਼ਨ ਕਰੂੰ ਆਪਣੇ ਮੰਮੀ ਪਾਪਾ ਦਾ, ਅਤੇ ਮੈਂ ਆਪਣੇ ਬਾਬਾ ਜੀ ਗੜੀ ਵੀ ਅਰਦਾਸ ਕਰਦਾ, ਬਾਬਾ ਜੀ ਹੈ ਨਾ ਮੈਨੂੰ ਇੱਦਾਂ ਬਣਾਓ। ਅਤੇ ਬਾਬਾ ਜੀ ਨੇ ਬਣਾ ਕੇ ਮੰਮੀ ਪਾਪਾ ਜੀ ਦਾ ਨਾਂ ਰੋਸ਼ਨ ਕਰਨਾ ਹੁਣ ਵੱਧ ਤੋਂ ਵੱਧ। ਅਤੇ ਮੈਂ ਬਾਕੀ ਨੇ ਵੀ ਇਹ ਕਹੂੰ ਵੀ ਮੰਮੀ ਪਾਪਾ ਦੀ ਰਿਸਪੈਕਟ ਕਰਿਆ ਕਰੋ, ਮਾਂ ਪਿਓ ਬੜੀ ਮੁਸ਼ਕਲ ਮਿਲਦੇ, ਉਹਨਾਂ ਦਾ ਪਿਆਰ ਵੀ। ਅਤੇ ਹੁਣ ਮੈਂ ਆਪਣੀ ਮੰਮੀ ਨੂੰ ਰਾਣੀ ਅਤੇ ਡੈਣ ਨੂੰ ਰਾਜਾ ਬਣਾ ਕੇ ਰੱਖੂੰ। ਤੁਸੀਂ ਇੰਨੀ ਸਿਆਣੀਆਂ ਗੱਲਾਂ ਕਿੱਥੋਂ ਸਿੱਖਦੇ ਹੋ? ਇਹ ਮੈਨੂੰ ਬਾਬਾ ਜੀ ਸਿਖਾਉਂਦੇ ਆ, ਮੇਰੇ ਬਾਬਾ ਜੀ। ਤੁਸੀਂ ਕਿੰਨੇ ਸਾਲ ਦੇ ਹੋ? ਮੈਂ 8 ਸਾਲ ਦਾ। 8 ਸਾਲ ਦੀ ਉਮਰ 'ਚ ਇੰਨੀਆਂ ਸਿਆਣੀਆਂ ਗੱਲਾਂ, ਵੈਰੀ ਨਾਈਸ, ਬਹੁਤ ਵਧੀਆ ਲੱਗਾ ਤੁਹਾਡਾ ਨਾਮ। ਮੈਂ ਆਪਣੇ ਡੈਡੀ ਹੁਣਾਂ ਦਾ ਦਾਦਾ ਵਾਂ। ਡਰਦੇ ਹੋ? ਕੀ ਕਿਹਾ ਤੁਸੀਂ? ਮੈਂ ਆਪਣੇ ਡੈਡੀ ਹੁਣਾਂ ਦਾ ਦਾਦਾ ਵਾਂ। ਦਾਦਾ? ਤੁਹਾਡੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਤੁਹਾਡੀ ਸਹੇਲੀ ਨਾਲ ਲੈ ਕੇ, ਕੋਈ ਰੌਲਾ ਜਿਹਾ ਪਿਆ ਸੀ, ਉਹ ਕੀ ਚੱਕਰ ਹੈ? ਉਹ ਤੇ ਮੈਂ ਮਜ਼ਾਕ ਵਿੱਚ ਗੱਲ ਕਹੀ, ਉਹ ਜਿਹੜੀ ਮੇਰੀ ਭੂਆ ਦੀ ਕੁੜੀ ਉਹ ਮੇਰੀ ਸਿਸਟਰ ਲੱਗਦੀ ਆ। ਜਦੋਂ ਪਹਿਲਾਂ ਸਿਸਟਰ ਨਾ ਸਿਸਟਰ ਵੀ ਕੋਈ ਸਹੇਲੀ ਹੁੰਦੀ, ਲੋਕਾਂ ਦੀ ਸੋਚ ਗੰਦੀ, ਲੋਕ ਇੰਨੀ ਇੰਨੀ ਗੱਲ ਨੂੰ ਚੁੱਕ ਕੇ ਨੈਟ ਉੱਤੇ ਪਾ ਦਿੰਦੇ ਵੀ ਇਹ। ਤੁਸੀਂ ਕਿਹਾ ਕੀ ਸੀ ਵੀਡੀਓ ਦੇ ਵਿੱਚ? ਇੱਕ ਮੁੰਡਾ ਕਹਿੰਦਾ ਇਹ ਤੇਰੀ ਸਹੇਲੀ ਹੈਗੀ, ਮੈਂ ਕਿਹਾ ਨਹੀਂ। ਆਉਂਦਾ ਫਿਰ ਵਿਆਹ ਕਿੰਨਾ ਕਰਾਂ, ਮੈਂ ਕਿਹਾ ਭੂਆ ਦੀ ਕੁੜੀ ਨਾਲ ਇੱਦਾਂ ਕਹਿ ਤਾ, ਅਤੇ ਉਹ ਫਿਰ ਉਹਨੇ ਮੈਨੂੰ ਨਹੀਂ ਪਤਾ ਵੀਡੀਓ ਬਣਾ ਤੀ, ਉਹਨੇ ਵੀਡੀਓ ਨੈਟ ਉੱਤੇ ਪਾ ਤੀ। ਫਿਰ ਤੁਹਾਨੂੰ ਗੁੱਸਾ ਨਹੀਂ ਆਉਂਦਾ ਇੱਦਾਂ ਦੀਆਂ ਵੀਡੀਓ ਦੇਖ ਕੇ? ਆਉਂਦਾ, ਗੁੱਸਾ ਬੜਾ ਆਉਂਦਾ, ਫਿਰ ਮੈਂ ਕੀ ਕਹਿ ਸਕਦਾ। ਤੂੰ ਮੁੰਡੇ ਨੂੰ ਪੁੱਛਣਾ ਸੀ ਨਾ? ਉਹ ਮੁੰਡਾ ਬਾਅਦ 'ਚ ਲੱਭਿਆ ਨਹੀਂ, ਉਹ ਚਲ ਗਿਆ ਆਪਣੀ ਮਾਸੀ ਕੋਲ। ਵੈਸੇ ਸਹੇਲੀ ਹੈਗੀ ਸੱਚੀ ਵਿੱਚ? ਹੈਗੀ ਆ? ਨਹੀਂ ਨਾ, ਹੋਣੀ ਤਾਂ ਹੈ। ਨਹੀਂ ਨਹੀਂ, ਦੱਸ ਦਿਓ। ਬਣਾਉਣੀ ਹੈ ਹਲੇ। ਹਲੇ ਬਣਾਉਣੀ ਹੈ? ਕਿਹੋ ਜਿਹੀ ਬਣਾਉਣੀ ਹੈ? ਪਤਲੀ ਜੀ। ਨਹੀਂ ਪਤਲੀ ਜੀ ਮਤਲਬ ਕਿਹਦੇ ਵਰਗੀ? ਨੀਰੂ ਬਾਜਵਾ ਵਰਗੀ, ਸੋਨਮ ਬਾਜਵਾ ਵਰਗੀ, ਕਿਹਦੇ ਵਰਗੀ ਹੋਵੇ? ਐਕਟਰਾਂ ਵਰਗੀ। ਕਿਹੜੀ ਐਕਟਰ ਵਰਗੀ? ਕੌਣ ਪਸੰਦ ਹੈ? ਹਿੰਦੀ ਫਿਲਮਾਂ ਵਾਲੀ। ਜਿਵੇਂ ਹਿੰਦੀ ਫਿਲਮਾਂ 'ਚ ਉਹ ਜਿਹੜੇ ਰਜਨੀਕਾਂਤ ਦੀ ਫਿਲਮ 'ਚ ਉਹ ਵਾਲੀ ਰੋਬਟ ਫਿਲਮ 'ਚ ਐਸ਼ਵਰਿਆ ਰਾਏ? ਹਾਂ, ਉਹਦੇ ਵਰਗੀ ਬਣਾਉਣੀ ਆ। ਚਲੋ ਅਸੀਂ ਉਮੀਦ ਕਰਦੇ ਹਾਂ ਤੁਹਾਡੀ ਸਹੇਲੀ ਐਸ਼ਵਰਿਆ ਰਾਏ ਵਰਗੀ ਛੇਤੀ ਬਣੇ, ਜੇ ਹੋ ਸਕੇ ਉਹਨਾਂ ਵਧੀਆ ਵੀ।
ਤੁਹਾਡਾ ਵੰਗਾਰ ਗਾਣਾ ਆਉਣ ਵਾਲਾ ਹੈ। ਤੁਸੀਂ ਦੱਸਿਆ ਤੁਸੀਂ ਕਦੀ ਕਿਸੇ ਨੂੰ ਵੰਗਾਰ ਪਾਈ ਆ? ਮੈਂ ਤਾਂ ਬੜੇ ਗਾਣਿਆਂ ਨੂੰ ਪਾਈ, ਹੁਣ ਇੰਨਾ ਨਹੀਂ ਪਤਾ ਕਿਹਨੂੰ ਪਾਈ। ਸਭ ਤੋਂ ਵਧੀਆ ਵਾਲੀ ਕਿਹੜੀ ਸੀ? ਸਭ ਤੋਂ ਵਧੀਆ ਵਾਲੀ ਸਾਡੇ ਪਿੰਡ ਇੱਕ ਰਾਜਾ ਮੁੰਡਾ, ਉਹਦਾ ਸਿਰ ਪਾੜ ਕੇ ਉਹ ਵੰਗਾਰ ਪਈ ਸੀ। ਸਿਰ ਪਾੜ ਕੇ ਕਿਵੇਂ? ਆਪਣੇ ਸਮਝਾ ਕੇ ਰੱਖਾ, ਮੈਂ ਸਿਰ ਪਾੜ ਕੇ ਆ ਗਿਆ। ਫਿਰ ਉਦਣ ਮੈਂ ਫਿਰ ਭੂਆ ਕੋ ਚਲ ਗਿਆ, ਬਾਅਦ ਦੋ ਤਿੰਨ ਦਿਨ ਛੱਡ ਕੇ ਆਏ ਤੇ ਉਹਦਾ ਪਾਪਾ ਚਲ ਗਿਆ। ਫਿਰ ਉਹਦੇ ਘਰ ਦੇ ਤੁਹਾਡੇ ਘਰ ਨੀ ਆਏ? ਆਏ ਸੀ ਤੇ ਮੰਮੀ ਨੇ ਕਿਹਾ ਪਹਿਲਾਂ ਆਪਣੇ 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 ਨੂੰ ਸਮਝਾ ਕੇ ਰੱਖਾ ਆਪਣੇ ਮੁੰਡੇ ਨੂੰ, ਫਿਰ ਦੂਜੇ ਨੇ ਗੱਲ ਕਰੀ। ਆਪਾਂ ਸਿਰ ਪਾੜ ਕੇ ਭੂਆ ਕੇ ਚਲ ਗਏ, ਭੂਆ ਲੈਣ ਆਈ ਤੇ ਭੂਆ ਆਈ ਤੇ ਮੈਂ ਕਿਹਾ ਮੈਂ ਮੰਮੀ ਨੇ ਜਿਦ ਕਾਲੀ ਪਾ ਕੇ ਭੂਆ ਨੇ ਜਾਣਾ, ਮੈਂ ਫਿਰ ਭੂਆ ਨੇ ਚਲ ਗਿਆ। ਬਾਅਦ ਚ ਆਪੇ ਮਗਰੋਂ ਮੈਂ ਕਿਹਾ ਲੜਦੇ ਰਹੋ। ਹੁਣ ਤੇ ਮੁੜ ਕੇ ਕਦੀ ਨਹੀਂ ਮਿਲਿਆ ਉਹ ਮੁੰਡਾ? ਹੁਣ ਉਹ ਡਰਦਾ ਵਾ। ਪਰ ਇਹਦਾ ਮਾਰਨਾ ਤਾਂ ਨਹੀਂ ਚਾਹੀਦਾ ਨਾ ਕਿਸੇ ਨੂੰ? ਉਹਨੇ ਫਿਰ ਮੇਰੇ ਡੰਡੇ ਕਾ ਮਾਰੇ ਸੀ। ਤੇ ਪਹਿਲੇ ਉਹਨੂੰ ਸਮਝਾਉਣਾ ਚਾਹੀਦਾ ਸੀ ਨਾ, ਇੱਦਾਂ ਸਿਰ ਥੋੜੀ ਪਾੜੀ ਦਾ ਕਿਸੇ ਦਾ। ਚੁੱਪ ਚੁੱਪੀ ਤੇ ਹਮਲਾ ਕਰੀਦਾ ਵਾ। ਇੱਕ ਜਗ੍ਹਾ ਤੇ ਟਿਕਾਊ, ਫਿਰ ਗੋਲੀ ਮਾਰੂਗਾ, ਫਿਰ ਉਹਨੇ ਮਰ ਜਾਣਾ, ਫਿਰ ਉਹਨੇ ਸਿੰਗ ਸੁੰਗ ਲਾ ਕੇ ਵੇਚ ਉਹਨੇ ਇਹਨੂੰ ਪੈਸੇ ਮਿਲਣੇ। ਫਿਰ ਇਹ ਗੱਲਾਂ ਤੁਹਾਨੂੰ ਕੌਣ ਸਿਖਾਉਂਦਾ? ਤੁਹਾਡੇ ਸਕੂਲ ਚ ਸਿਖਾਉਂਦੇ ਆ ਜਾਂ ਟਿਊਸ਼ਨ ਵਾਲੀ ਮੈਡਮ ਸਿਖਾਉਂਦੀ ਆ? ਕੋਈ ਵੀ ਨਹੀਂ, ਮੈਂ ਫੋਨ ਤੇ ਸਿੱਖਦਾ ਵਾਂ। ਫੋਨ ਤੇ ਕਿਵੇਂ? ਸੋਸ਼ਲ ਮੀਡੀਆ ਤੇ ਕਹਾਣੀਆਂ ਵੇ ਨਾਲ ਨਾ ਮੈਂ ਇਹ ਸਮਝਦਾਰ ਵਾਲੀਆਂ ਇਦਾਂ ਮਤਲਬ ਕੀ ਕਰਨਾ ਚਾਹੀਦਾ ਸਾਨੂੰ, ਮਤਲਬ ਨਿੱਕੇ ਮੁਕਾਮ ਤੋਂ ਉੱਚੇ ਮੁਕਾਮ ਤੇ ਕਿੱਦਾਂ ਪਹੁੰਚੀਦਾ ਵਾ, ਮਿਹਨਤ ਕਿੱਦਾਂ ਕਰੀ ਜਿੱਦਾਂ। ਤੁਹਾਨੂੰ ਲੱਗਦਾ ਕਿ ਜੋ ਚੀਜ਼ਾਂ ਅੱਜ ਕੱਲ ਗਾਣਿਆਂ 'ਚ ਦਿਖਾ ਰਹੇ ਆ, ਜਿਹੜਾ ਗਨ ਕਲਚਰ ਦਿਖਾ ਰਹੇ, ਜਿਹੜਾ ਤੁਸੀਂ ਕਿਹਾ ਨਿਸ਼ਾਨਾ ਲਾਣਾ, ਇਹ ਸਭ ਚੀਜ਼ਾਂ ਗਲਤ ਨੇ? ਨਹੀਂ, ਇਹ ਜਿੱਦਾਂ ਹੁਣ ਮੈਂ ਜੇ ਹੁਣ ਬਾਈ ਚਾਂਸ ਮੈਨੂੰ ਕੋਈ ਆ ਜੇ ਹਨਾ ਚੋਰੀ ਰਾਤ ਨੂੰ, ਤੇ ਮੈਨੂੰ ਮੈਨੂੰ ਬਾਈ ਚਾਂਸ ਕੋਈ ਮਾਰ ਜੇ ਤੇ ਬਾਅਦ 'ਚ ਮੇਰਾ ਮੈਂ ਇੱਕ ਹਨਾ ਇੱਦਾਂ ਮੈਨੂੰ ਮਾਰ ਜੇ ਤੇ ਬਾਅਦ 'ਚ ਮੇਰਾ ਭਰਾ ਫਿਰ ਬਦਲਾ ਲਊਗਾ ਹੀ ਉਹਦੇ ਕੋਲ ਨਿਸ਼ਾਨੇ, ਫਿਰ ਇਹ 'ਚ ਕਹਦਾ ਵਾ। ਨਹੀਂ ਤਾਂ ਤੁਸੀਂ ਪੁਲਿਸ ਕੰਪਲੇਂਟ ਕਰੋਗੇ, ਬਦਲਾ ਕਿਉਂ ਲਓਗੇ? ਅੱਜ ਕੱਲ੍ਹ ਦੀ ਪੁਲਿਸ ਥੋੜ੍ਹੀ ਮੰਨਦੀ ਕਿਸੇ ਦੀ, ਜਾਂ ਤਾਂ ਹੋਵੇ। ਅੱਜ ਕੱਲ੍ਹ ਦੇ ਮਾੜੇ ਘਰਾਂ ਦੇ ਆਉਂਦੇ ਆ, ਸਾਡੇ ਨਾਲ ਵੀ ਇੱਦਾਂ ਵਿੱਚ ਇੱਕ ਸਾਡੇ ਹਨਾ ਮਤਲਬ ਮੇਰੇ ਚਾਚਾ ਇੱਕ ਉਹਨੇ ਮੇਰੀ ਮੰਮੀ ਦਾ ਨੱਕ ਵੱਢਤਾ, ਅਤੇ ਬਾਅਦ 'ਚ ਅਸੀਂ ਸਾਡੀ ਮੰਮੀ ਨੇ ਪੁਲਿਸ ਨੂੰ ਕੰਪਲੇਨ ਕੀਤੀ ਅਤੇ ਪੁਲਿਸ ਵਾਲੇ ਆਉਂਦੇ ਇਹ ਕਰਾਂਗੇ, ਅਤੇ ਬਾਅਦ 'ਚ ਕੀਤਾ ਨਹੀਂ ਕੁਛ। ਅਤੇ ਤੁਸੀਂ ਬਾਅਦ 'ਚ ਗੱਲ ਨਹੀਂ ਕੀਤੀ? ਤੁਸੀਂ ਸੋਸ਼ਲ ਮੀਡੀਆ 'ਤੇ ਉੱਦਾਂ ਵੀਡੀਓਜ਼ ਬਣਾਉਂਦੇ, ਇਹ ਗੱਲ ਨਹੀਂ ਲੋਕਾਂ ਤੱਕ ਪਹੁੰਚਾਈ? ਨਹੀਂ, ਉਦੋਂ ਨਹੀਂ ਸੀ ਮੈਂ ਸਟਾਰ ਬਣਿਆ। ਅੱਛਾ, ਉਹਦੇ ਪਹਿਲਾਂ ਦੀ ਗੱਲ ਵਾ, ਹੁਣ ਤਾਂ ਰਾਮ ਵੀ ਆ ਗਿਆ ਵਾ ਤੇ। ਅੱਛਾ, ਸਾਡੀ ਗੱਲ ਸ਼ੁਰੂ ਹੋਈ ਸੀ ਵੰਗਾਰ ਤੋਂ, ਵੰਗਾਰ ਦੀਆਂ ਦੋ ਲਾਈਨਾਂ ਤਾਂ ਸੁਣਾ ਦਿਓ। ਹਾਂ, ਹੈਲੋ ਗੱਲ ਸੁਣ ਕੀ ਕਰਦਾ, ਚੱਲ ਚੱਲੀ ਇੱਕ ਤੇ ਮੇਰਾ ਜੀ ਕਰਦਾ। ਅੱਗੇ ਉਹ ਬੋਸ ਨੂੰ ਆਪਣੇ ਮਿੱਟੀ ਪਾ ਤੂੰ ਛੇਤੀ ਆ ਤੇ ਕੋਕ ਲਿਆ, ਮੈਨੂੰ ਨਹੀਂ ਪਤਾ ਜਦ ਮਰਜ਼ੀ ਆ ਬੱਗੇ ਕੇ ਜਾ ਤੇ ਮੀਟ ਲਿਆ, ਪੈਸੇ ਨਹੀਂ ਹੈਗੇ ਤੇ ਦਾਰ ਦੁਰ ਕਾਲੀ ਨਾਮ ਲੈ ਕਿਤੇ ਗਲੇ ਕਵਾਲੀ, ਬਸ ਉਨੀ ਜ਼ਿਆਦਾ ਨਹੀਂ ਬੋਲਣਾ ਤੇ ਲੀਕ ਹੋ ਜਾਣਾ ਫਿਰ ਸਾਰਾ ਇਦਾਂ ਹੀ। ਉਹਨਾਂ ਕਹਿਣਾ ਲੈ ਗਾਣਾ 'ਚ ਪਹਿਲਾਂ ਸੁਣਾਈ ਜਾਂਦਾ ਵਾ, ਤੇ ਜੇ ਪੈਸੇ ਹੈ ਨਹੀਂ ਫਿਰ ਗੋਲੂ ਕੋਲੋਂ ਫੜ ਲਈ, ਪੈਸੇ ਨਹੀਂ ਹੈਗੇ ਤੇ ਗੋਲੂ ਕੋ ਫੜ ਲਈ ਤੇ ਗੋਲੂ ਦੇ ਦੇਗਾ ਫਿਰ ਪੈਸੇ, ਫਿਰ ਗੋਲੂ ਵੰਗਾਰ ਚੱਲੇਗਾ। ਹੋਰ ਲਓ ਮੈਨੂੰ ਦਿਓ ਥੋੜਾ ਜਿਹਾ, ਹਲੇ ਨਹੀਂ ਹੈਗੇ, ਹਲੇ ਜਮਾ ਵਾ, ਹਲੇ ਬੈਂਕ 'ਚ ਕਢਾਉਣ ਵਾਲੇ ਕਢਾ ਕੇ ਥੋੜਾ ਜਿਹਾ ਕੈਸ਼ ਤਾਂ ਰੱਖਦੇ ਹੋਵੋਗੇ ਤੇ ਤੁਸੀਂ ਇੱਥੋਂ ਉੱਤੋਂ ਉੱਤੋਂ ਕਮਾ ਲਿਆ ਕਰੋ। ਹਾਂ, ਤੂੰ ਇਹ ਤਾਂ ਕਮਾਨੀ ਆ, ਮੈਂ ਤਾਂ ਵੈਸੇ ਗੱਲ ਕੀਤੀ ਹੈ, ਤੁਸੀਂ ਕਿਹਾ ਗੋਲੂ ਕੋਲੋਂ ਲੈ ਲਈ ਜੇ ਪੈਸੇ ਨਾ ਹੋਏ, ਉਹਦੇ ਉਹਨੂੰ ਕਿਹਾ ਝੂਠੀ ਜੀ। ਨਹੀਂ ਇੱਦਾਂ ਥੋੜ੍ਹੀ ਹੁੰਦਾ, ਤੁਸੀਂ ਗਾਣਾ ਗਾਇਆ ਤਾਂ ਮੈਨੂੰ ਪੈਸੇ ਵੀ ਤਾਂ ਦਿਓ ਨਾ। ਉਹ ਬਾਅਦ 'ਚ ਦੇਵਾਂਗੇ। ਕਦੋਂ? ਜੇ ਤੁਹਾਡਾ ਵਿਆਹ ਹੋ ਜੂਗਾ। ਨਹੀਂ, ਮੈਂ ਮੇਰਾ ਵਿਆਹ ਹੋ ਗਿਆ ਹੋਇਆ, ਦਾਜ ਕਿੱਥੇ ਫਿਰ? ਦਾਜ ਥੋੜ੍ਹੀ ਲੈ ਕੇ ਆਈ ਹਾਂ ਮੈਂ, ਉੱਦਾਂ ਹੀ ਆ ਗਏ ਜੀ। ਹੋਰ ਤੁਹਾਡੇ ਘਰ ਦੇ ਕੰਜੂਸ ਨੇ ਆਉਂਦੇ ਹੋਣੇ, ਇਹਨੂੰ ਕੀ ਦਾਜ ਦੇਣਾ? ਨਹੀਂ, ਮੇਰੇ ਜਿਹੜੇ ਇਨ-ਲਾਜ਼ ਉਹ ਕਹਿੰਦੇ ਸੀ ਦਾਜ ਲੈਣਾ ਨਹੀਂ। ਅਸਾਂ ਸਿਆਣੇ ਹੋਣੇ ਆ ਫਿਰ, ਮੇਰੇ ਜਿਹੜੇ ਹਸਬੈਂਡ ਆ ਆਂਦੇ ਹੋਣੇ ਗੱਲਾਂ ਨਾ ਕਰਾਈਏ ਬਾਅਦ 'ਚ ਨੂੰ, ਆਂਦੇ ਹੋਣੇ ਮੈਂ ਆਂਦੇ ਹੋਣੇ ਕੱਲ੍ਹ ਨੂੰ ਸਾਡੇ ਦੋਵਾਂ ਜੀ 'ਚ ਲੜ ਪਏ ਤੇ ਬਾਅਦ 'ਚ ਇਹਨੇ ਪੇਕੇ ਚਲ ਜਾਣਾ ਵਾ, ਤੇ ਬਾਅਦ 'ਚ ਕੱਲ੍ਹ ਨੂੰ ਕਹਿਣ ਵਾਲੇ ਨਾ ਬਣੋਗੇ ਤੂੰ ਤਾਂ ਦਾਜ ਲਿਆ ਸਾਡੇ ਕੋਲ, ਤਦ ਕਰਕੇ ਨਹੀਂ ਵਿਚਾਰਾ ਆਉਂਦਾ ਨਾ ਦਾਜ ਰਹਿਣ ਨਹੀਂ ਦਿੰਦੇ। ਸਹੀ ਗੱਲ ਹੈ, ਇੱਦਾਂ ਹੀ ਹੋਇਆ, ਦਾਜ ਲੈਣਾ ਪਾਪ ਆ। ਤੁਸੀਂ ਲਓਗੇ ਆਪਣੇ ਵਿਆਹ ਦਾ ਦਾਜ? ਪਾਪ ਵਾ ਦਾਜ ਲੈਣਾ,
कोई गरीब घर का होगा तो फिर जिदा जिदा कोई गरीब घर का हो पैसे बचाए नहीं जाते गरीबा च ओह वंडदे पैसे बंदा जरा दाज लैना है ना तो गरीब कोई गरीब घर की धी होगी तो उन्होंने को ना दिता जाता हो तो दाज जरूर लैन जिन्होंने अपनी इमानत सारी उन्होंने दे देनी तो उन्होंने दाज लैन की लोड़ वा सही गल है और ये चीजा अजकल काफी लोगों को नहीं समझ आती गरीब हुना फिर अमीर हो जाना मेहनत करके आप लिखोगे गाना आप लिख दो नहीं ਤੁਸੀਂ ਆਪ ਨਹੀਂ ਲਿਖਦੇ ਆਪ ਹੁਣ ਹੌਲੀ ਹੌਲੀ ਲਿਖੂੰਗਾ ਵੱਡੇ ਹੋ ਕੇ ਮੈਂ ਕਿਤੇ ਵਾਂਗ ਲਿਖਣਾ ਚਾਹੋਗੇ ਸਿੱਧੂ ਵਾਰੀ ਵਾਂਗੂ ਤੇ ਕਰਨ ਔਜਲੇ ਵਾਂਗੂ ਵਧੀਆ ਵਧੀਆ ਕਹਿੰਦੇ ਉਹਨਾਂ ਦੋਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਦੋਨੋਂ ਤੇ ਆਪਸ ਚ ਬੁਲਾਉਂਦੇ ਨਹੀਂ ਪਰ ਮੈਨੂੰ ਤਾਂ ਦੋਵੇਂ ਇੱਕੋ ਜਿਹੇ ਆ ਹਾਂ ਤੁਹਾਨੂੰ ਤਾਂ ਇੱਕੋ ਜਿਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇਕੱਠੇ ਹੋ ਜਾਓ ਦੋਵੇਂ ਜਣੇ ਮੈਂ ਨਹੀਂ ਕੁਛ ਵੀ ਆਂਦਾ ਮੈਨੂੰ ਦੋਵੇਂ ਬਸ ਵਧੀਆ ਲੱਗਦੇ ਜੇ ਤੁਸੀਂ ਸਿੱਧੂ ਨਾਲ ਗੱਲ ਕਰਦੇ ਹੋ ਉਦੋਂ ਕਰਨ ਦੀ ਗੱਲ ਹੁੰਦੀ ਆ ਕਰਨ ਭਾਜੀ ਦੀ ਬਾਤ ਹੁੰਦੀ ਆ ਨਹੀਂ ਫਿਰ ਜੇ ਕਰਨ ਨਾਲ ਗੱਲ ਕਰਦੇ ਹੋ ਤਾਂ ਸਿੱਧੂ ਬਾਰੇ ਗੱਲ ਹੁੰਦੀ ਆ ਸਿੱਧੂ ਭਾਜੀ ਨਾ ਮਤਲਬ ਉਹ ਵੀ ਸੁੱਖ ਸਿੰਘੜਾ ਭਾਜੀ ਉਹਨਾਂ ਦੇ ਨੇੜੇ ਹੀ ਉਹ ਉਹਨਾਂ ਦਾ ਸ਼ੂਟ ਚੱਲ ਰਿਹਾ ਸੀ ਇਹ 2 ਦਿਨ ਹੀ ਹੋਏ ਉਹਨਾਂ ਨਾਲ ਗੱਲ ਹੋਏ ਤੇ ਉਹ ਮੈਨੂੰ ਕਹਿੰਦੇ ਗੱਲ ਕਿਵੇਂ ਮੈਂ ਕਿਹਾ ਵਧੀਆ ਭਾਜੀ ਤੇ ਕਹਿੰਦੇ ਆਪਣਾ ਧਿਆਨ ਰੱਖਿਆ ਕਰ ਤੇ ਮੈਂ ਕਿਹਾ ਵੀ ਉਹ ਮੈਨੂੰ ਕਹਿੰਦੇ ਗੋਲੂ ਭਾਜੀ ਹਨਾ ਇਦਾਂ ਤੇ ਅੱਜ ਜਿਹੜੇ ਮਤਲਬ ਸਾਡੇ ਲੋਕ ਹਨਾ ਇਦਾਂ ਮਤਲਬ ਇਦਾਂ ਬੁਲਾਉਂਦੇ ਨਹੀਂ ਮਤਲਬ ਸੜਦੇ ਇੱਕ ਹਨਾ ਵੀ ਇਹ ਕਿਉਂ ਤਾਂ ਚੜ ਗਿਆ ਤੇ ਬਾਹਰ ਮੈਂ ਇਹ ਕਹਿਣਾ ਚਾਹੂੰਗੀ ਵੀ ਆਪਣੇ ਨਾਲੋਂ ਬਾਹਰ ਦੇ ਸਗੋਂ ਇੱਜ਼ਤ ਜ਼ਿਆਦਾ ਕਰਦੇ ਵੱਡੇ ਵੱਡੇ ਆਰਟਿਸਟ ਵੀ ਬੱਬੂ ਮਾਨ ਨਾਲ ਕਦੀ ਗੱਲ ਹੋਈ ਨਹੀਂ ਇਹਨਾਂ ਨਾਲ ਨਹੀਂ ਹੋਈ ਉਹ ਤਾਂ ਚੰਗੇ ਲੱਗਦੇ ਆ ਵਧੀਆ ਲੱਗਦੇ ਆ ਉਹਨਾਂ ਨਾਲ ਗੱਲ ਕਰਨਾ ਚਾਹੋਗੇ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੇ ਮਤਲਬ ਮੈਨੂੰ ਜੇ ਮੌਕਾ ਮਿਲੇ ਉਹਨਾਂ ਨਾਲ ਕੰਮ ਕਰਨ ਦਾ ਤੇ ਫਿਰ ਮੈਂ ਉਹਨਾਂ ਨਾਲ ਕਰੂੰਗਾ ਵਧੀਆ ਉਹਨਾਂ ਦਾ ਸਭ ਤੋਂ ਵਧੀਆ ਗਾਣਾ ਕਿਹੜਾ ਲੱਗਦਾ ਇੱਕ ਸੰ ਕਬੂਤਰ ਬਾਜੀ ਦਾ ਉਹ ਵਾਲਾ ਗਾਓ 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 ਨਹੀਂ ਹੁੰਦਾ ਥੋੜਾ ਜਾ ਨਹੀਂ ਅੱਛਾ ਉਹਨਾਂ ਦਾ ਸਭ ਤੋਂ ਵਧੀਆ ਗਾਣਾ ਕਿਹੜਾ ਲੱਗ ਜਿਹੜਾ ਤੁਹਾਨੂੰ ਆਂਦਾ ਉਹ ਗਾ ਦੋ ਇਹੋ ਹੀ ਹੁੰਦਾ ਮੈਨੂੰ ਪਰ ਮੈਂ ਸੁਣਾਉਣਾ ਨਹੀਂ ਹੈ ਜੇ ਆਂਦਾ ਤਾਂ ਸੁਣਾ ਦੋ ਨਹੀਂ ਵਧੀਆ ਹੈ ਵਧੀਆ ਉਹਨਾਂ ਤੱਕ ਪਹੁੰਚੇਗਾ ਤੁਹਾਡਾ ਗਾਣਾ ਸੁਣਨਗੇ ਵਿੱਚ ਬੈਲ ਵੀ ਵੱਜਦੀ ਟੁੰਨਨਨ ਵਾਲੀ ਬੈਲ ਅਸੀਂ ਬਾਅਦ ਚ ਲਾ ਦਾਂਗੇ ਮਿਊਜ਼ਿਕ ਬਾਅਦ ਚ ਲਾ ਦਾਂਗੇ ਇੱਕ ਸ਼ੌਂਕ ਕਬੂਤਰ ਬਾਜੀ ਦਾ ਇੱਕ ਚਸਕਾ ਜੂਏ ਦੀ ਬਾਜੀ ਦਾ ਬਸ ਇੰਨਾ ਕੀ ਹੁੰਦਾ ਅੱਗੇ ਅੱਗੇ ਨਹੀਂ ਹੁੰਦਾ ਚਲੋ ਪੂਰਾ ਨਹੀਂ ਮੈਂ ਸੁਣਿਆ ਅੱਛਾ ਤੁਹਾਡੇ ਡਾਇਲੋਗ ਬਹੁਤ ਫੇਮਸ ਹੁੰਦੇ ਹੁਣ ਸਾਡੇ ਸਟੂਡੀਓ ਆਏ ਕੋਈ ਡਾਇਲੋਗ ਤਾਂ ਸੁਣਾ ਜਾਓ ਆਪਣਾ ਤੁਸੀਂ ਇਹ ਤਾਂ ਮੇਰੇ ਅੱਗੇ ਐਗਜ਼ੈਕਟ ਕਰਨਾ ਪਣਾ ਪਹਿਲਾਂ ਹਾਂ ਕਰੂੰਗੀ ਕੀ ਕਰਨਾ ਗੁੱਸਾ ਵੀ ਨਹੀਂ ਕਰਾਂਗੇ ਮੈਂ ਨਹੀਂ ਮੈਨੂੰ ਨਹੀਂ ਕੱਢਣੀਆਂ ਉਹਦਾ ਕੈਮਰੇ 'ਚ ਕੱਢਣੀਆਂ ਗਾਲਾਂ ਗਾਲਾਂ ਨਹੀਂ ਆ ਉਹਦੇ 'ਚ ਹਾਂਜੀ ਦੱਸੋ ਫਿਰ ਉਹ ਡਾਇਲੋਗ ਹੀ ਇਦਾਂ ਵਾ ਠੀਕ ਆ ਚੱਕਾ ਪਾਰਲਰ ਦੇ ਮੁੰਡੇ ਓਏ ਪਾਰਲਰ ਦੇ ਮੁੰਡੇ ਤੇਰੀ ਸਾਲਿਆ ਤੈਨੂੰ ਕਿਹਨੇ ਕਹਿ ਪਾਰਲਰ ਦਾ ਮੁੰਡਾ ਤੇ ਗੰਦ ਪਿਆ ਸਾਲਿਓ ਤੁਹਾਡੇ ਵਾਂਗੂ ਸਰੀ ਪਲੀ ਪਟੀ ਨੇ ਪਹਿਨਦਾ ਨਹੀਂ ਦਾ ਸਾਲਿਓ ਗੰਦ ਆਇਆ ਨਹੀਂ ਤੇ ਤੁਸੀਂ ਹੁਣ ਗਾ ਯਾਰ ਸ਼ਰਮੋਣੀ ਚਾਹੀਦੀ ਤੁਸੀਂ ਮੇਰੇ ਕੋ ਗਾਲਾਂ ਕਢਾਉਂਦੇ ਦੇ ਅਸੀਂ ਥੋੜੀ ਕਢਾ ਰਹੇ ਤੁਹਾਡੀ ਵੀਡੀਓਜ਼ ਹੀ ਇਦਾਂ ਦੀ ਵਾਇਰਲ ਹੁੰਦੀਆਂ ਤੁਹਾਨੂੰ ਸਟਾਰ ਹੀ ਗਾਲਾਂ ਨੇ ਬਣਾਇਆ ਗਾਲਾਂ ਨੇ ਨਹੀਂ ਮੈਨੂੰ ਤੇ ਆ ਵੀਡੀਓ ਨੇ ਬਣਾਇਆ ਯਾਰ ਇਧਰ ਗਾਣਾ ਮਾਜਾ ਬਲੌਗ ਗਾਣੇ ਚ ਮੇਰੀ ਆਵਾਜ਼ ਲਈ ਨਾ ਕੋ ਪੈਸਾ ਪਾਇਆ ਨਾ ਕੋ ਤੇਲਾ ਸੁੱਕ ਪਰੁੱਕੀ ਦੀ ਆਵਾਜ਼ ਲੈ ਲਈ ਹੁਣ ਜਰ ਤੂੰ ਦਾ ਖਰਚਾ ਵਰਚਾ ਚਾਹੀਦਾ ਕਿ ਨਹੀਂ ਇਹ ਵੀਡੀਓ ਤਾਂ ਮੈਂ ਵਾਇਰਲ ਹੋਇਆ ਤੇ ਇੱਕ ਆ ਜਰ ਪੀਪ ਵੱਜਦੀ ਹਾਂ ਮਾਰ ਨਹੀਂ ਮਾਜਾ ਬਲੌਗ ਵਾਲਿਆ ਤੋਂ ਤੁਸੀਂ ਪੈਸੇ ਮੰਗੇ ਨਹੀਂ ਮੰਗੇ ਫਿਰ ਦਿੱਤੇ ਨਹੀਂ ਉਹਨਾਂ ਨੇ ਦਿੱਤੇ ਫਿਰ ਤੁਸੀਂ ਕਿਹਾ ਪੈਸੇ ਨਹੀਂ ਦਿੱਤੇ ਮੈਨੂੰ ਤੇ ਬਾਅਦ ਚ ਦੇਤੇ ਨਾ ਅੱਛਾ ਪਹਿਲੇ ਨਹੀਂ ਪੁੱਛਿਆ ਤੁਹਾਨੂੰ ਹਾਂ ਪਹਿਲਾਂ ਪਹਿਲਾਂ ਚੁੱਪ ਚੁੱਪੀ ਤੇ ਬਾਜ ਪਲੀ ਬਾਅਦ ਚ ਮੇਰਾ ਵੀਡੀਓ ਉਹਨਾਂ ਕੋ ਗਈ ਫਿਰ ਉਹਨਾਂ ਨੇ ਫੋਨ ਕੀਤਾ ਫਿਰ ਪੈ ਪਾਲੇ ਵਧੀਆ ਕੀਤਾ ਉਹਨਾਂ ਨੇ ਸਭ ਤੋਂ ਵਧੀਆ ਸੰਗੜਾ ਭੜੀ ਬੰਦੇ ਉਹਦਾ ਵਧੀਆ ਘਾਂਟ ਸੁਭਾਅ ਉਹਨਾਂ ਦਾ ਬੜਾ ਵਧੀਆ ਜਦੋਂ ਮਤਲਬ ਮੈਂ ਉਹਨਾਂ ਨੂੰ ਕੋਲ ਕਰਾਂ ਚੁੱਕ ਲੈਂਦੇ ਆ ਪਰ ਉਹ ਜਦੋਂ ਮਤਲਬ ਉਹ ਬਿਜੀ ਹੁੰਦੇ ਉਦੋਂ ਦੱਸ ਦਿੰਦੇ ਮੈਸੇਜ ਕਰਕੇ ਮੈਂ ਬਿਜੀ ਸੀ ਮਤਲਬ ਤੇ ਉਹ ਜ਼ਿਆਦਾ ਬਿਜੀ ਰਹਿੰਦੇ ਆ ਉਦਾਂ ਗੱਲ ਕਰਦੇ ਆ ਮੈਨੂੰ ਤੁਹਾਡਾ ਇਹ ਹੇਅਰ ਸਟਾਈਲ ਕਿਹਨੇ ਬਣਾਇਆ ਇਹ ਚਾਚੀ ਨੇ ਬਣਾਇਆ ਮੈਂ ਮਤਾ ਬਚਨ ਵਾਲੀ ਵਾਲ ਕਰਨੇ ਆ ਨਾ ਅੱਛਾ ਨਹੀਂ ਕਲਰ ਬਹੁਤ ਸੋਹਣਾ ਆਇਆ ਤੁਹਾਡਾ ਕਲਰ ਹੋਰ ਕਰਨੇ ਤੇ ਮੈਂ ਵਾਲ ਇੱਥੇ ਇੱਥੇ ਰੀਗਾ ਕਰਨੇ ਕਿਉਂ ਮਤਾ ਬਚਨ ਨੂੰ ਪਿਛੋਂ ਵੀ ਵੱਡੇ ਕਰਨੇ ਅੱਛਾ ਫਿਰ ਉਹਦੇ ਅਰਗ ਫਿਲਮਾਂ ਮੈਂ ਲੈ ਬੜੇ ਪਾ ਕੇ ਫਿਲਮਾਂ ਬਣਾਉਣੀਆਂ ਮੈਂ ਤੁਹਾਡਾ ਕਲਰ ਮੇਰੇ ਵਰਗਾ ਹੀ ਆ ਸੇਮ ਤੁਸੀਂ ਕਿੰਨੇ ਦੇ ਕਰਾਏ ਮੈਂ 3500 ਦੇ 3500 ਦੇ ਬਸ ਚਾਚੀ ਮਹਿੰਗੀ ਤੁਹਾਡੀ
ਚਾਚੀ ਨੇ ਜਿਆਦਾ ਕਿੱਥੋਂ ਕਰਾਏ ਆ? ਮੈਂ ਤਾਂ ਇੱਥੋਂ ਜਲੰਧਰ ਤੋਂ ਹੀ ਕਰਾਇਆ। ਤੁਹਾਡੇ ਫਿਰ ਡੁਪਲੀਕੇਟ ਵਾਲ ਕੱਟੇ ਉਹਨਾਂ ਨੇ, ਸਾਡੀ ਚਾਚੀ ਕੋ ਮੇਰੀ ਚਾਚੀ ਨੇ ਮੇਰੇ ਉਦਾ ਫ੍ਰੀ ਕੀਤੇ ਆ। ਚਾਚੀ ਕਹਿੰਦੀ ਚੱਲ ਪੈਸੇ ਬਾਅਦ ਚ ਦੇ ਦੀ ਜਦੋਂ ਵੱਡਾ ਐਕਟਰ ਬਣੂੰਗਾ। ਮੈਂ ਕਿਹਾ ਚਾਚੀ ਫਿਰ ਤੁਸੀਂ ਮੇਰਾ ਮੇਕਅਪ ਕਰਿਆ ਕਰਿਓ। ਚਾਚੀ ਕੋਲ ਹੁਣ ਮੈਂ ਵੀ ਕਰਾਉਣ ਆਉਂਗੀ। ਠੀਕ ਹੈ, ਸਾਡੇ ਪਿੰਡ ਆਓਗੇ ਫਿਰ? ਹਾਂ, ਤੁਹਾਨੂੰ ਤਾਂ ਮਿਲ ਕੇ ਜਾਊਂਗੀ ਮੈਂ। ਕਿਨਾਂ? ਜਦੋਂ ਹੁਣ ਵੀ ਜਦੋਂ ਵੀ ਚੱਕਰ ਲੱਗਾ। ਕਿਹੜੀ ਗੱਡੀ ਦੇ ਆਓਗੇ? ਉਹ ਉਦੋਂ ਦੇਖਾਂਗੇ। ਆਲਟੋ ਉਲਟੋ ਤਾਂ ਨਾ ਆ ਰਿਹਾ, ਸਾਡੇ ਕੋਈ ਗਾੜੀ ਨਹੀਂ ਲੱਗਦੀ। ਉਹ ਸਾਡੇ ਕੋਈ ਗਾੜੀ ਲੱਗਦੀ ਫੋਰਚੂਨਰ ਲੈਂਡ ਕਰੂਜ਼ਰ ਰੇਂਜ ਰੋਵਰ ਲੱਗਦੀ ਹੈ। ਮੇਰੇ ਕੋਲ ਲੈਂਡ ਰੋਵਰ ਹੈ। ਹਾਂਜੀ, ਮੇਰੇ ਕੋਲ ਲੈਂਡ ਰੋਵਰ ਹੈ। ਤੁਸੀਂ ਫਿਰ ਉੱਤੋਂ ਵੀ ਪੈਸੇ ਲਾਉਂਦੇ ਹੋ ਨਾ? ਉੱਤੋਂ ਕਿੱਤੋਂ? ਉੱਤੋਂ ਇਦਾਂ ਜਿੱਦਾਂ ਕਰ ਕੁਰ ਕੇ ਨਿੱਕੀਆਂ ਮੋਟੀਆਂ ਚੋਰੀ ਦੀ ਸਿੰਗਰ ਬਣਾ ਲੈਂਦੇ ਹੋ ਇੱਥੇ, ਤੇ ਬਾਅਦ ਚ ਉਹਨਾਂ ਕੋਲ ਕਰਕੇ ਤੇ ਬਾਅਦ ਚੋਰੀ ਵਿਊਜ਼ ਕਰਕੇ ਪੈਸੇ ਮਿਲਦੇ ਫਿਰ ਲਾਲੀ। ਅੱਛਾ, ਚੋਰੀ ਵਿਊਜ਼ ਦੀ ਤੁਸੀਂ ਉਹਨੇ ਗੱਲ ਕੀਤੀ, ਤੁਸੀਂ ਆਪਣੇ ਗਾਣਿਆਂ ਤੇ ਚੋਰੀ ਵਿਊਜ਼ ਲੈਂਦੇ ਹੋ? ਨਾ, ਇਹ ਅਸੀਂ ਕਿਵੇਂ ਮੰਨੀਏ? ਅੱਜ ਕੱਲ ਤੁਸੀਂ ਕਿਹਾ ਸਾਰੇ ਲੈਂਦੇ ਆ, ਜੇ ਤੁਹਾਨੂੰ ਬਾਕੀ ਤੇ ਦੋ ਦੇ ਫੇਕ ਵਿਊਜ਼ ਲਾਉਂਦੇ ਆ ਨਾ। ਉਹੀ ਕਹਿ ਰਹੀ ਹਾਂ, ਤੁਸੀਂ ਲੈਂਦੇ ਹੋ? ਸੱਚ ਸੱਚ ਦੱਸ ਦੋ। ਨਹੀਂ, ਤੁਹਾਡੇ ਮੇਰੇ ਮੇਰੇ ਗਾਣੇ ਕੱਢ ਕੇ ਵੇਖੋ, ਜਿੰਨੇ ਜਿੰਨੇ ਵਿਊ ਸਾਰੇ ਰੀਜਨਲ ਹੀ ਆ। ਫਿਰ ਚੋਰੀ ਵਿਊਜ਼ ਕੌਣ ਲੈਂਦਾ, ਕਿਹੜਾ ਸਿੰਗਰ ਲੈਂਦਾ? ਮੈਨੂੰ ਨਹੀਂ ਪਤਾ। ਨਹੀਂ, ਤੁਸੀਂ ਕਿਹਾ ਕਿ ਸਿੰਗਰ ਚੋਰੀ ਵਿਊਜ਼ ਲੈਂਦੇ, ਕਿਹੜਾ ਸਿੰਗਰ ਲੈਂਦਾ? ਮੈਂ ਸਿੰਗਰ ਤੇ ਕਿਹਾ ਹੀ ਆ, ਮੈਂ ਕਿਹਾ ਵੀ ਤੁਸੀਂ ਚੋਰੀ ਵਿਊਜ਼ ਲੈ ਲਓਗੇ ਇਦਾਂ, ਤੁਸੀਂ ਸਿੰਗਰ ਕਰਕੇ ਤੇ ਇਦਾਂ, ਮਤਲਬ ਸਿੰਗਰ ਨਾਲ ਇੰਟਰਵਿਊ ਕਰਕੇ ਤੁਸੀਂ ਚੋਰੀ ਵਿਊਜ਼ ਲੈ ਕੇ ਤੇ ਫਿਰ ਚੋਰੀ ਵਿਊਜ਼ ਕਿਵੇਂ ਆਉਂਦੇ ਨੇ? ਚੋਰੀ ਇੰਟਰਵਿਊ ਕਰਕੇ ਕਿਵੇਂ? ਜਿੱਦਾਂ ਤੁਸੀਂ ਚੋਰੀ ਸਿੰਗਰ ਨੂੰ ਬੁਲਾ ਲਿਆ ਇੰਟਰਵਿਊ ਕਰਕੇ, ਸਾਰਿਆਂ ਨੂੰ ਦੱਸਿਆ ਨੀ? ਜਿੱਦਾਂ ਤੁਸੀਂ ਇਹ ਤਾਂ ਸਾਡਾ ਲਾਈਵ ਜਾਂਦਾ ਹੈ। ਅੱਜ ਜਿੱਦਾਂ 20 ਇੰਟਰਵਿਊ ਹੋਇਆ, ਤੁਸੀਂ ਸਾਰਿਆਂ ਨੂੰ ਕਹਿਣਾ ਸਾਰਾ 15 ਇੰਟਰਵਿਊ ਆ, ਤੇ ਉਹ ਜਿਹੜੇ ਸਰ ਤਾਂ ਸਾਰੀਆਂ ਇੰਟਰਵਿਊਸ ਦੇਖਦੇ ਆ ਨਾਲ ਨਾਲ, ਇਹ ਤਾਂ ਲਾਈਵ ਜਾਂਦਾ ਹੈ। ਮੈਨੂੰ ਨਹੀਂ ਪਤਾ ਫਿਰ। ਨਹੀਂ, ਤੁਸੀਂ ਤੁਹਾਨੂੰ ਇਹਦਾ ਮਤਲਬ ਇਹ ਗੱਲ ਪਤਾ ਕਿ ਚੋਰੀ ਦੇ ਵਿਊਜ਼ ਆਉਂਦੇ ਆ? ਨਹੀਂ ਪਤਾ। ਤੁਸੀਂ ਗੱਲ ਕੀਤੀ ਨਾ ਚੋਰੀ ਵਿਊਜ਼ ਦੀ, ਤੇ ਮੈਂ ਕਿਹਾ ਤੁਹਾਨੂੰ ਆਉਂਦੇ ਹੋਣੇ ਆ। ਕਿਵੇਂ ਆਉਂਦੇ ਹੋਣੇ, ਕਿੱਦਾਂ ਆਉਂਦੇ ਆ ਚੋਰੀ ਦੇ ਵਿਊਜ਼? ਪੈਸੇ ਲਾਣੇ ਪੈਂਦੇ ਆ? ਤੂੰ ਸ਼ੇਰ ਖਾਂਡੇ ਮੇਰਾ ਬਸ ਕਰੂੰ ਜਾ ਭਰਾਵਾ, ਭਰਾ ਵੱਡੇ ਵੱਡੇ ਵਿਚਾਰੇ ਸਦਾਈ ਹੋ ਜਾਂਦੇ ਨੇ ਆ। ਸੋ ਹੁਣ ਜਾਂਦੇ ਜਾਂਦੇ ਗੋਲੂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੇਗਾ, ਕੀ ਮੈਸੇਜ ਦੇਣਾ ਚਾਹੋਗੇ ਆਪਣੇ ਫੈਨਸ ਨੂੰ? ਇੰਨਾ ਲੋਕੀ ਤੁਹਾਨੂੰ ਪਿਆਰ ਕਰਦੇ, ਤੁਹਾਨੂੰ ਸੁਣਦੇ ਆ, ਕੀ ਕਹੋਗੇ ਉਹਨਾਂ ਨੂੰ? ਮੈਂ ਕਹੂੰਗਾ ਜੈਨੀ ਸਵੇਰਾ ਤੇ ਆਪ ਮੇਰੀ ਇੰਟਰਵਿਊ ਵੇਖਿਆ ਕਰੋ। ਵੈਰੀ ਗੁੱਡ। ਤੇ ਚੈਨਲ ਮਤਲਬ ਦੈਨਿਕ ਸਵੇਰਾ ਜਿਹੜਾ ਚੈਨਲ ਬਹੁਤ ਘੈਂਟ ਆ, ਤੇ ਇੱਥੇ ਮੇਰੀਆਂ ਹੁਣ ਆਇਆ ਕਰੂਗੀ ਨਵੀਆਂ ਨਵੀਆਂ ਇੰਟਰਵਿਊ। ਸਾਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ। ਮੈਨੂੰ ਵੀ ਵਧੀਆ ਲੱਗਾ। ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਬਹੁਤ ਜਲਦੀ ਦੁਬਾਰਾ ਸਾਡੇ ਸਟੂਡੀਓ ਆਓਗੇ। ਹਾਂਜੀ ਆਊਂਗਾ, ਤੇ ਫਿਰ ਵਧੀਆ ਵਧੀਆ ਹੋਰ ਗਾਣੇ ਲੈ ਕੇ ਆਊਂਗਾ ਇੱਥੇ ਜ਼ਰੂਰ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94 640 84374 94 648 ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ੀਕਰਨ ਕਰਵਾਓ ਮਨਚਾਹ ਪਿਆਰ ਪਾਓ ਲਵ ਮੈਰਿਜ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 98 788 0 48 88 6 17